ਲਓ ਜੀ ਪਿੰਡ ਦਿਖਾਉਂਦੇ ਹਾਂ, ਪਹਿਲਾਂ ਮਸੀਤ 'ਤੇ ਕੈਮਰਾ ਪਾਓ ਜੀ। ਆਹ ਦੇਖੋ ਜੀ ਡਾਟ ਪੁਰਾਣੀਆਂ ਦਿਖਾਉਂਦੇ ਹਾਂ ਜੀ। ਮੈਂ ਕਿਹਾ ਮਸੀਤ ਦਿਖਾ ਦਈਏ ਪਹਿਲਾਂ ਜੀ, ਫਿਰ ਅੱਗੇ ਚੱਲਦੇ ਅੰਦਰ ਦਿਖਾਉਂਦੇ ਹਾਂ ਜੀ। ਆਹ ਦੇਖੋ ਆਲੇ ਪੁਰਾਣੀ ਮਸੀਤ, ਔਰ ਖਾਸ ਦੇਖੋ ਇਹ ਗਵਾਹੀ ਦਿੰਦੀ ਹੈ ਪੁਰਾਣੇ ਸਮੇਂ ਦੇ ਭਾਈਚਾਰੇ ਦੀ। ਔਰ ਇਹ ਹੈ ਸਰਕਾਰੀ ਪ੍ਰਾਇਮਰੀ ਸਕੂਲ ਬਮਨਾੜਾ, ਸਾਹਮਣੇ ਆ, ਆਹਮਣੇ ਸਾਹਮਣੇ ਦੋਨੋਂ ਸਕੂਲ। ਹਾਜ਼ਰੀਆਂ ਲਵਾਇਓ ਜਿਹੜੇ ਸਕੂਲ 'ਚੋਂ ਪੜ੍ਹੇ ਹੈ ਜਾਂ ਪੜ੍ਹਾ ਰਹੇ ਹੈ। ਬਰੋਟੇ ਲੱਗੇ ਹੋਏ ਆ, ਬਹੁਤ ਵਧੀਆ ਬਰੋਟਾ ਲੱਗਿਆ ਹੋਇਆ, ਘਣੀ ਛਾਂ ਹੈ ਜੀ। ਇੱਦਾਂ ਦੇ ਰੁੱਖ ਕਿੱਥੇ ਮਿਲਦੇ ਆ ਜੀ ਅੱਜ ਕੱਲ੍ਹ? ਦੇਖ, ਚੱਲਦੇ ਹਾਂ ਪਿੰਡ ਦਿਖਾ ਰਹੇ ਹਾਂ ਜੀ ਤੁਹਾਨੂੰ ਬਮਨਾੜਾ। ਆਹ ਲਓ ਜੀ ਪਿੰਡ ਦੀ ਵਿਰਾਸਤ, ਕਈਆਂ ਨੇ ਪਾਥੀਆਂ ਨਹੀਂ ਦੇਖੀਆਂ ਹੁੰਦੀਆਂ ਜੀ। ਚੰਡੀਗੜ੍ਹ ਵਾਲਿਆਂ ਨੂੰ ਤਾਂ ਦਿਖਾ ਦਿਓ, ਆਹ ਬਾਈ ਚੰਡੀਗੜ੍ਹ ਵਾਲਿਆਂ ਨੂੰ ਦਿਖਾ ਦਿਓ, ਪਾਥੀਆਂ ਨਹੀਂ ਪਤਾ ਹੁੰਦੀਆਂ ਪਾਥੀਆਂ ਕਿਹਨੂੰ ਕਹਿੰਦੇ ਆ ਜੀ। ਆਹ ਲਓ ਜੀ ਕਮਾਲ ਹੈ, ਕਮਾਲ ਹੈ, ਵਧੀਆ। ਆਹ ਲਓ ਜੀ ਦੇਖੋ ਜੀ, ਆਹ ਇੱਕ ਉੱਪਰ ਮੀਨਾਕਾਰੀ ਤਾਂ ਵੀ ਪਾਇਓ ਜੀ ਕੈਮਰਾ। ਇਸ ਪਿੰਡ ਦਾ ਇੱਕ ਸ਼ਾਹੂਕਾਰ ਹੁੰਦਾ ਸੀ ਜੀ, ਜੀ ਗੋਕਲ, ਗੋਕਲ, ਗੋਕਲ। ਤਾਂ ਉਹ ਗੋਕਲ ਮਤਲਬ ਕਿਆ ਇਹਦਾ ਵਪਾਰ ਕਰਦਾ ਸੀ, ਰੂੰ ਦਾ। ਰੂੰ ਦਾ ਵਪਾਰੀ ਸੀ, ਆਲੇ ਦੁਆਲੇ ਤੋਂ ਰੂੰ ਇਕੱਠੀ ਕਰਕੇ ਦਿੱਲੀ ਨੂੰ ਗੱਡਿਆਂ ਤੇ ਭੇਜਦਾ ਹੁੰਦਾ ਸੀ। ਅੱਛਾ ਜੀ। ਉਹਨੇ ਜਿਹੜੀ ਕਰਾਲੀ ਮਰਿੰਡਾ ਰੋਡ ਹੈ ਉਹਦੇ ਸੈਂਟਰ ਚ ਪਿੰਡ ਚਤਾਮਲੇ ਦੇ ਸੜਕ ਤੇ ਇੱਕ ਖੂਹੀ ਲਾਈ ਜੀ, ਤੇ ਆਉਣ ਜਾਣ ਵਾਲੇ ਜਿਹੜੇ ਵਪਾਰੀ ਸੀ ਉਹਨਾਂ ਵਾਸਤੇ ਅਕੋਮੋਡੇਸ਼ਨ ਬਣਾਇਆ ਰਹਿਣ ਵਾਸਤੇ ਉਸ ਸਮੇਂ। ਇੱਥੇ ਦੇ ਲੋਕ ਸੂਦ ਕਮਿਊਨਿਟੀ ਵੀ ਇੱਥੇ ਰਹਿੰਦੀ ਸੀ। ਅੱਛਾ, ਸੂਦ ਕਮਿਊਨਿਟੀ ਵੀ ਰਹਿੰਦੀ ਜੀ। ਆਹ ਪਾਓ ਜੀ ਕੈਮਰਾ ਪਾਈਏ ਜੀ ਪਹਿਲਾਂ ਜੀ। ਹਾਂਜੀ, ਹੁਣ ਦੱਸੋ ਜੀ ਕੀ ਕਹਿ ਰਹੇ ਜੀ? ਉਹ ਇਸ ਟਾਈਮ ਜਿਵੇਂ ਦਿੱਲੀ, ਜਲੰਧਰ ਉੱਥੇ ਰਹਿ ਰਹੇ, ਉਹਨਾਂ ਦੇ ਵੀ ਮਤਲਬ ਕਿ ਬੜੇ ਵਪਾਰੀ ਹੈ ਉਹ, ਵੱਡੇ ਵੱਡੇ ਇਸ ਪਿੰਡ ਤੇ ਉੱਠ ਕੇ ਲੋਕ ਬਹੁਤ ਵੱਡੇ ਵੱਡੇ ਵਪਾਰੀ ਬਣੇ ਹੋਏ। ਸੂਦ ਕਮਿਊਨਿਟੀ, ਸੂਦ ਕਮਿਊਨਿਟੀ। ਸਰਪੰਚ ਸਾਹਿਬ, ਮਜ਼ਾ ਆ ਗਿਆ ਜੀ ਤੁਹਾਡਾ ਪਿੰਡ ਦੇਖ ਕੇ ਜੀ। ਹਾਂਜੀ, ਇਹ ਨੀਂਹ ਪੱਥਰ ਹੈ ਜੀ ਮਾਡਲ ਟਾਊਨ ਦਾ ਜੀ। ਇਹ ਤਕਰੀਬਨ 1972-73 ਦੇ ਵਿੱਚ, 71 ਵਿੱਚ, 1971 ਦੇ ਵਿੱਚ ਇਹ ਨੀਂਹ ਪੱਥਰ ਰੱਖਿਆ ਮਹਾਂਪੁਰਸ਼ਾਂ ਨੇ ਇੱਥੇ ਨਥਲਪੁਰ ਪਿੰਡ ਦੇ ਨਾਲ ਜੀ। ਉਹ ਮਹਾਂਪੁਰਸ਼ ਬ੍ਰਹਮ ਗਿਆਨੀ ਸੀ ਜੀ, ਉਹਨਾਂ ਨੇ ਇਹ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਲਓ ਜੀ ਪਿੰਡ ਬਮਨਾੜਾ, ਰੋਪੜ ਜ਼ਿਲ੍ਹੇ ਦਾ ਇੱਕ ਖਾਸ ਪਿੰਡ, ਬੜਾ ਪੁਰਾਣਾ ਪਿੰਡ ਹੈ ਜੀ ਇਹ। 1947 ਤੋਂ ਪਹਿਲਾਂ ਦਾ ਵੀ ਕਨੈਕਸ਼ਨ ਹੈ, ਤੁਸੀਂ ਪਿੱਛੇ ਦੇਖ ਸਕਦੇ ਹੋ। ਮਸੀਤ ਹੈ ਇੱਕ ਪੁਰਾਣੀ, ਬੜੀ ਵਧੀਆ ਬਿਲਡਿੰਗ ਹੈ। ਦੇਖੋ ਜੀ ਕਿਸੇ ਸਮੇਂ ਇੱਥੇ ਲੱਗਦੀਆਂ ਹੋਣਗੀਆਂ ਰੌਣਕਾਂ ਅਤੇ ਨਮਾਜ਼ ਅਦਾ ਹੁੰਦੀ ਹੋਏਗੀ। ਮੁਸਲਿਮ ਭਾਈਚਾਰੇ ਦਾ ਪਿੰਡ ਹੈ ਇਹ ਕਿਹਾ ਜਾਂਦਾ। ਪਿੰਡ ਦੇ ਮੋਹਤਬਰ ਸ਼ਖਸੀਅਤਾਂ ਸਾਡੇ ਨਾਲ ਖੜੀਆਂ ਨੇ, ਸਰਪੰਚ ਸਾਹਿਬ ਵੀ ਖੜੇ ਨੇ ਹਰਪਾਲ ਸਿੰਘ ਜੀ, ਔਰ ਇਹਨਾਂ ਦਾ ਪੂਰਾ ਸਹਿਯੋਗ ਹੈ। ਪੂਰਾ ਪਿੰਡ ਦਿਖਾਵਾਂਗੇ, ਇੱਕ ਇੱਕ ਗਲੀ ਘੁਮਾਵਾਂਗੇ, ਬਣੇ ਰਹੋ ਅਖੀਰ ਤੱਕ। ਮੈਂ ਇਹ ਮਸੀਤ ਦੀ ਗੱਲ ਕਰ ਰਿਹਾ ਸੀਗਾ, ਤਾਂ ਇੱਕ ਗੱਲ ਹੈ ਕਿ ਮਜ਼ਹਬ ਦੇ ਠੇਕੇਦਾਰਾਂ ਨੇ ਇਸ ਜਹਾਨ ਨੂੰ ਵੰਡ ਛੱਡਿਆ, ਬੰਦੇ ਵਿੱਚੋਂ ਬੰਦਾ ਕੱਢ ਕੇ ਰੂਹ ਉਹਦੀ ਨੂੰ ਝੰਡ ਛੱਡਿਆ। ਜਿਹੜਾ ਵਿੱਚ ਮਸੀਤੀ ਵੱਸਦਾ ਉਹੀ ਉਹ ਵੱਸਦਾ ਮੰਦਰਾਂ ਵਿੱਚ, ਹਰ ਹਰ ਦੇ ਵਿੱਚ ਉਹੀ ਵਸੈਂਦਾ ਉਹੀ ਉਹ ਤੇਰੇ ਅੰਦਰਾਂ ਵਿੱਚ। ਕਿਉਂ ਜੀ ਸਰਪੰਚ ਸਾਹਿਬ, ਗੱਲ ਸਹੀ ਹੈ ਨਾ ਜੀ? ਹਰ ਹਰ ਦੇ ਵਿੱਚ ਉਹੀ ਵਸੈਂਦਾ ਉਹੀ ਉਹ ਤੇਰੇ ਅੰਦਰਾਂ ਦੇ ਵਿੱਚ। ਇਹ ਤਾਂ ਮਜ਼ਹਬ ਦੇ ਠੇਕੇਦਾਰਾਂ ਨੇ ਸਾਰਾ ਕੁਛ ਕੀਤਾ, 47 ਜਿਹੜਾ ਅਸੀਂ ਹੰਢਾਇਆ। ਕੀ ਕਹਿੰਦੇ ਹੋ ਸਰਦਾਰ ਜੀ ਇਸ ਗੱਲ ਦੇ ਉੱਤੇ ਜੀ ਤੁਸੀਂ? ਅਸੀਂ ਬਮਨਾੜੇ ਪਿੰਡ, ਸਾਡੇ ਫਾਦਰ ਸਾਹਿਬ ਬਾਬਾ ਜੀ ਇਹ ਪਾਕਿਸਤਾਨ 'ਚ 38 ਚੱਕ ਤੋਂ ਆਏ ਸੀ ਜੀ। ਇਸ ਪਿੰਡ ਦੇ ਵਿੱਚ ਵੱਖ ਵੱਖ ਚੱਕਾਂ ਤੋਂ ਲੋਕ ਵੱਸਦੇ ਆ। ਅੱਛਾ ਜੀ। ਸਾਡਾ ਆਪਣਾ ਇਕੱਲਾ ਘਰ ਹੈ, ਬਾਕੀ ਸਾਡੇ ਫੈਮਿਲੀਆਂ ਦੂਜੇ ਪਿੰਡਾਂ 'ਚ ਰਹਿੰਦੀਆਂ। ਤਾਂ ਇੱਥੇ ਤਕਰੀਬਨ 10 ਗੋਤ ਹੋਣਗੇ ਪਿੰਡ ਦੇ ਵਿੱਚ, ਵੱਖ ਵੱਖ ਚੱਕਾਂ ਤੋਂ ਆਏ, ਸਾਰੇ ਲੋਕ ਪਾਕਿਸਤਾਨੀ ਨੇ। ਅੱਛਾ, ਸਾਰੇ ਪਾਕਿਸਤਾਨ। ਹਾਂਜੀ ਹਾਂਜੀ, ਲੈਂਦੇ ਪੰਜਾਬ ਤੋਂ। ਇਹ ਸਾਰਾ ਪਿੰਡ ਮੁਸਲਿਮ ਹੈ ਉਹਨਾਂ ਦਾ ਸੀ। ਅੱਛਾ, ਬਮਨਾੜਾ ਸਾਰਾ ਪਿੰਡ ਮੁਸਲਮਾਨਾਂ ਦਾ ਸੀ, ਤੇ ਇਹ ਜਿਹੜੇ ਇਸ ਸਮੇਂ ਮੌਜੂਦਾ ਬਸ਼ਿੰਦੇ ਸਾਰੇ ਪਾਕਿਸਤਾਨੀ, ਉਹ ਸਾਰੇ। ਆਹ ਦੇਖੋ ਜੀ ਸੋਹਣੀ ਜੀ ਗੱਲ,
ਕਿ ਆਹ ਹੈ ਕਨੈਕਸ਼ਨ। ਸਾਰਾ ਦਾ ਸਾਰਾ ਪਿੰਡ ਇਸ ਸਮੇਂ ਲਹਿੰਦੇ ਪੰਜਾਬ ਤੋਂ ਇੱਥੇ ਪਹੁੰਚਿਆ ਹੋਇਆ 47 ਦੇ ਵੇਲੇ, ਅਤੇ ਮੁਸਲਿਮ ਭਾਈਚਾਰਾ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਇੱਥੋਂ ਗਿਆ ਪਾਕਿਸਤਾਨ ਦੇ ਵਿੱਚ। ਆਹ ਕੁਛ ਹੋਇਆ ਸਾਡੇ ਪੰਜਾਬੀਆਂ ਦੇ ਨਾਲ। ਅਕਸਰ ਕਹਿੰਦੇ ਹੈ ਕਿ ਪੰਜਾਬ ਵੰਡਿਆ ਗਿਆ ਜਾਂ ਵੱਢਿਆ ਗਿਆ, ਠੀਕ ਹੈ ਜੀ। ਦੇਖੋ ਪਰ ਫਿਰ ਵੀ ਅਸੀਂ ਪੁਰਾਣੀਆਂ ਜਿਹੜੀਆਂ ਗੱਲਾਂ ਵੀ ਕਰਾਂਗੇ, ਨਾਲ ਨਾਲ ਆਸ ਕਰਦੇ ਕਿ ਆਉਣ ਵਾਲੇ ਸਮੇਂ ਜਿਹੜੇ ਹੈ ਕੁੱਲ ਜਹਾਨ ਦੇ ਵਿੱਚ ਵੱਸਦੇ ਪੰਜਾਬੀ ਜਿਹੜੇ ਹੈ ਉਹ ਇੱਕਜੁੱਟ ਹੋ ਕੇ ਰਹਿਣ, ਪਿਆਰ ਬਣਿਆ ਰਹੇ, ਮੁਹੱਬਤ ਬਣੀ ਰਹੇ ਔਰ ਸੁੱਖ ਸ਼ਾਂਤੀ ਬਣੀ ਰਹੇ, ਅਤੇ ਸਾਰੇ ਪੰਜਾਬੀ ਜਿਹੜੇ ਹੈ ਛਾ ਜਾਣ ਦੁਨੀਆ ਦੇ ਉੱਤੇ, ਛਾ ਵੀ ਰਹੇ ਹੈ, ਤਰੱਕੀਆਂ ਕਰਨ, ਆਨੰਦ ਮਾਣਨ, ਇਸੇ ਗੱਲ ਦੀ ਕਾਮਨਾ ਕਰਦੇ ਹਾਂ। ਦੂਰ ਦੂਰ ਬੈਠੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਸਾਡੇ ਵੀਡੀਓਸ ਨੂੰ ਦੇਖ ਰਹੇ ਨੇ, ਵੱਧ ਤੋਂ ਵੱਧ ਸ਼ੇਅਰ ਕਰਿਓ। ਸਰਦਾਰ ਸਾਹਿਬ, ਸਰਪੰਚ ਸਾਹਿਬ ਕੀ ਕਹਿੰਦੇ ਹੋ, ਤੁਹਾਡਾ ਕੀ ਵਿਚਾਰ ਹੈ ਕਿ ਇਸ ਪਿੰਡ ਦੇ ਵਿੱਚ ਜਿਹੜਾ ਹੈ ਤੁਸੀਂ ਕੀ ਕਹਿੰਦੇ ਹੋ, ਕਿੰਨੀ ਦੇਰ ਤੋਂ ਤੁਸੀਂ ਪਿੱਛੋਂ ਕਿਸ ਚੱਕ ਤੋਂ ਆਏ ਹੋ ਪਹਿਲਾਂ ਆਪਣੀ ਗੱਲ? ਅਸੀਂ 25 ਚੱਕ ਤੋਂ ਆਏ ਹਾਂ ਜੀ। ਜੀ, ਸਾਡਾ ਪਾਕਿਸਤਾਨ ਤੋਂ ਸਾਡੇ ਬਾਬਾ ਜੀ, ਸਾਡੇ ਫਾਦਰ ਦਾ ਵੀ ਜਨਮ ਉੱਧਰ ਦਾ ਹੀ ਹੈ 25 ਚੱਕ ਦਾ। ਜੀ, ਅਤੇ ਅਸੀਂ ਤਾਂ ਸਾਡਾ ਜਨਮ ਇੱਥੇ ਹੀ ਹੋਇਆ, ਅਸੀਂ ਤਾਂ ਸਾਰੀ ਉਮਰ ਇੱਥੇ ਬਮਨਾੜੇ ਵਿੱਚ ਹੀ ਕੱਟੀ ਆਪਣੀ। ਹਾਂਜੀ, ਅਤੇ ਇਸ ਸਮੇਂ ਬਮਨਾੜੇ ਦੇ ਵਿੱਚ ਜਿਵੇਂ ਦੱਸਿਆ ਕਿ ਹਰੇਕ ਬਰਾਦਰੀ ਦੇ ਕਾਫੀ ਲੋਕ ਰਹਿੰਦੇ ਨੇ, ਗੋਤਾਂ ਜਿਹੜੀਆਂ ਸਾਰੀਆਂ ਰਹਿੰਦੀਆਂ ਨੇ। ਹਾਂਜੀ, ਐਸੀ ਬਰਾਦਰੀ ਵੀ ਆ, ਕਹਾਰ ਵੀ ਆ, ਘੁਮਾਰ ਵੀ ਆ ਜੀ, ਜੱਟ ਵੀ ਆ। ਹਾਂਜੀ ਜੀ, ਲਓ ਜੀ ਪਿੰਡ ਦਿਖਾਉਂਦੇ ਹਾਂ, ਪਹਿਲਾਂ ਮਸੀਤ 'ਤੇ ਕੈਮਰਾ ਪਾਓ ਜੀ। ਆਹ ਦੇਖੋ ਜੀ, ਡਾਟ ਪੁਰਾਣੀਆਂ ਦਿਖਾਉਂਦੇ ਹਾਂ ਜੀ। ਮੈਂ ਕਿਹਾ ਮਸੀਤ ਦਿਖਾ ਦਈਏ ਪਹਿਲਾਂ ਜੀ, ਫਿਰ ਅੱਗੇ ਚੱਲਦੇ ਅੰਦਰ ਦਿਖਾਉਂਦੇ ਹਾਂ ਜੀ। ਆਹ ਦੇਖੋ ਆਲੇ ਪੁਰਾਣੀ ਮਸੀਤ, ਔਰ ਖਾਸ ਦੇਖੋ ਇਹ ਗਵਾਹੀ ਦਿੰਦੀ ਹੈ ਪੁਰਾਣੇ ਸਮੇਂ ਦੇ ਭਾਈਚਾਰੇ ਦੀ। ਔਰ ਦੇਖੋ ਛੋਟੀ ਇੱਟ ਦੀ ਨਿੱਕੀ ਇੱਟ ਦੀ ਬਣੀ ਹੋਈ ਮਸੀਤ ਹੈ। ਦੇਖੋ ਜੀ, ਇਸ ਤਰ੍ਹਾਂ ਹੀ ਹੋਇਆ ਸਾਡੇ ਮੰਦਰਾਂ ਦਾ ਉੱਧਰਲੇ ਪਾਸੇ ਲਹਿੰਦੇ ਪੰਜਾਬ ਦੇ ਵਿੱਚ, ਉਹ ਇਸੇ ਹਾਲਤ 'ਚ ਨੇ ਜਾਂ ਗੁਰੂ ਘਰਾਂ ਦੇ ਨਾਲ, ਔਰ ਇਸੇ ਪ੍ਰਕਾਰ ਦੇ ਨਾਲ ਜਿਹੜਾ ਹੈ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਵਿੱਚ ਮਸੀਤਾਂ ਜਿਹੜੀਆਂ ਇਹਨਾਂ ਦਿਸ਼ਾ ਦੇ ਵਿੱਚ, ਦਸ਼ਾ ਦੇ ਵਿੱਚ ਦੇਖਣ ਨੂੰ ਮਿਲਦੀਆਂ। ਤਾਂ ਗੱਲ ਇਹ ਹੈ ਕਿ ਇਹ ਵੰਡ ਦੀਆਂ ਕਹਾਣੀ ਹੈ, ਇਸ ਪਿੰਡ ਦੀ ਵੰਡ ਦੇ ਨਾਲ ਜੁੜਿਆ ਹੋਇਆ ਪਿੰਡ ਹੈ। ਪਿੰਡ ਬਹੁਤ ਵਧੀਆ, ਸਰਪੰਚ ਸਾਹਿਬ ਨੇ ਬੜਾ ਵਿਕਾਸ ਵੀ ਕੀਤਾ ਜੀ, ਅਸੀਂ ਪਿੰਡ ਦੇਖਿਆ ਜੀ ਪੂਰਾ ਪੱਕਾ ਹੈ। ਔਰ ਇਹ ਪਿੰਡ ਦੇ ਵਿੱਚ ਥੇ ਜੇ ਬਣੇ ਹੋਏ ਉੱਚੇ ਨੀਵੇਂ ਜੀ, ਕਿਸ ਤਰ੍ਹਾਂ? ਜਿਹੜੇ ਮੁਸਲਿਮ ਲੋਕ ਸੀਗੇ ਇਹ ਉੱਚੀ ਜਗ੍ਹਾ ਥੇ ਬਣਾ ਕੇ ਪਾਣੀ ਦੇ ਨਿਕਾਸ ਲਈ, ਪਾਣੀ ਦਾ ਖੜੇ ਨਾ ਕਿਤੇ। ਅੱਛਾ, ਤਾਂ ਉਹ ਨਿਕਾਸ ਨਾਲ ਪਾਣੀ ਇਸ ਪਿੰਡ 'ਚ 4-5 ਟੋਬੇ, ਉਹ ਟੋਬਿਆਂ 'ਚ ਪਾਣੀ ਜਾਂਦਾ ਸੀ। ਲਓ ਜੀ, ਆ ਵੀ ਹੈ, ਮੈਂ ਤਾਂ ਸੋਚਿਆ ਨੇਚੁਰਲੀ ਬਣੇ ਹੋਏ ਆ, ਉੱਚੇ ਬਣਾਏ ਹੋਏ ਬਣਾ ਕੇ ਵਸਦੇ ਸੀ ਉਹਦੇ ਤੇ ਉੱਚੀ ਜਗ੍ਹਾ ਤੇ, ਪਾਣੀ ਦਾ ਸਹੀ ਢੰਗ ਨਾਲ ਨਿਕਾਸ ਹੋ। ਚਲਿਏ ਜੀ ਫਿਰ ਸਰਪੰਚ ਸਾਹਿਬ, ਪਿੰਡ ਦਿਖਾਈਏ ਜੀ ਸਾਰਾ, ਬਣੇ ਰਹੋ ਜੀ ਅਖੀਰ ਤੱਕ, ਪਿੰਡ ਦਿਖਾਉਂਦੇ ਹਾਂ, ਪਿੰਡ ਘੁਮਾਉਂਦੇ ਹਾਂ। ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਵਲੌਗ ਨੂੰ ਦੇਖ ਰਹੇ ਨੇ, ਪੰਜਾਬ ਨਾਲ ਸੰਬੰਧਿਤ ਨੇ ਅਤੇ ਜਾਂ ਇਸ ਪਿੰਡ ਨਾਲ ਸੰਬੰਧਿਤ ਨੇ, ਪੂਰਾ ਵਲੌਗ ਦੇਖਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਮੈਂ ਅਕਸਰ ਕਹਿੰਦਾ ਹੁੰਦਾ ਕਿ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ, ਤਾਂ ਜੋ ਪੁਰਾਣੀ ਜਿਹੜੀ ਹੈ ਚੀਜ਼ਾਂ ਜਿਹੜੀਆਂ ਹੈ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਦੇ ਬਾਰੇ ਪਤਾ ਲੱਗ ਸਕੇ। ਆਹ ਦੇਖੋ ਜੀ, ਖੂਹ ਦੇ ਉੱਤੇ ਕੈਮਰਾਮੈਨ ਕੈਮਰਾ ਪਾ ਕੇ ਦਿਖਾ ਰਹੇ ਨੇ ਜੀ। ਪੰਜਾਬ ਦੇ ਵਿੱਚ ਮਸੀਤਾਂ ਦੇ ਨਾਲ ਜਾਂ ਧਾਰਮਿਕ, ਚਾਹੇ ਮੰਦਰ ਹੋਣ ਚਾਹੇ ਗੁਰਦੁਆਰਾ ਸਾਹਿਬ ਹੋਣ, ਉਹਨਾਂ ਦੇ ਨਾਲ ਜਿਹੜੇ ਹੈ ਖੂਹ ਜੁੜੇ ਹੁੰਦੇ ਸੀ ਪੁਰਾਣੇ। ਨਿੱਕੀ ਇੱਟ ਦਾ ਬਣਿਆ ਹੋਇਆ ਖੂਹ ਹੈ, ਬਿਲਕੁਲ ਮਸੀਤ ਦੇ ਨਾਲ ਹੈ। ਰੋਪੜ, ਕੁਰਾਲੀ, ਮਰਿੰਡਾ, ਖਰੜ ਜਿਹੜਾ ਹੈ ਜਿਸ ਏਰੀਏ 'ਚ ਅਸੀਂ ਜ਼ਿਆਦਾ ਵਲੌਗਿੰਗ ਕਰਦੇ ਹਾਂ, ਇਹਨਾਂ ਪਿੰਡਾਂ 'ਚ ਜਿੱਥੇ ਵੀ ਅਸੀਂ ਮਸੀਤਾਂ ਦੇਖੀਆਂ ਨੇ, ਪੁਰਾਣੇ ਸਮੇਂ ਦੇ ਮੰਦਰ ਦੇਖੇ ਨੇ, ਗੁਰਦੁਆਰਾ ਸਾਹਿਬ ਦੇਖੇ ਨੇ, ਤਾਂ ਉਹਨਾਂ ਦੇ ਵਿੱਚ ਖੂਹ ਜ਼ਰੂਰ ਹੁੰਦਾ ਹੈ। ਕਰਿਓ ਕਮੈਂਟ ਪੰਜਾਬ ਦੇ ਖੂਹਾਂ ਦੇ ਉੱਤੇ ਵੀ। ਚੱਲਦੇ ਹਾਂ ਜੀ, ਪਿੰਡ ਦੇਖਦੇ ਹਾਂ ਜੀ। ਲਓ ਜੀ ਸਰਪੰਚ ਸਾਹਿਬ, ਪਿੰਡ ਬਹੁਤ ਵਧੀਆ ਹੈ। ਆਹ ਜਿਹੜਾ ਉੱਚਾ ਨੀਵਾਂ ਹੈ ਜੀ, ਇਹ ਪਿੰਡ ਦਾ ਸਿਸਟਮ ਬਹੁਤ ਵਧੀਆ ਲੱਗਿਆ ਜੀ। ਅੱਛਾ, ਇੱਥੇ ਇੱਕ ਪੁਰਾਣੀ ਕੋਈ ਤੁਹਾਡੀ ਦਰਗਾਹ ਵੀ ਹੈਗੀ ਹੈ ਇੱਥੇ ਕੋਈ?
ਇੱਧਰ ਦੇ ਪਾਸੇ ਤੁਸੀਂ ਦੱਸੀ ਸੀ, ਕੀ ਉਹਦਾ ਨਾਮ ਕੀ ਹੈ ਜੀ? ਗੁਪਤਪੀਰ ਜੀ। ਗੁਪਤਪੀਰ ਜੀ, ਕੋਈ ਇਤਿਹਾਸ ਹੈ ਉਸ ਦੇ ਬਾਰੇ ਜਾਣਕਾਰੀ ਹੈ? ਪੁਰਾਣਾ ਹੀ ਹੈ ਜੀ, ਉਹ ਬਣਾਇਆ ਹੋਇਆ ਉਹਨਾਂ ਦਾ। ਅੱਛਾ ਜੀ। ਉਵੇਂ ਹੀ ਲੋਕ ਹੁਣ ਵੀ ਉਹਦੀ ਮਾਨਤਾ ਕਰ ਰਹੇ ਆ, ਮੰਨ ਰਹੇ ਉਹਨੂੰ। ਅੱਛਾ, ਪੂਰਾ ਪ੍ਰਬੰਧ ਹੈ ਉਸ ਤੇ? ਹਾਂਜੀ ਹਾਂਜੀ ਹਾਂਜੀ। ਕੋਈ ਸਾਲਾਨਾ ਮੇਲਾ ਉਰਸ ਵਗੈਰਾ ਲੱਗਦਾ? ਵੀਰਵਾਰ ਐਤਵਾਰ ਜੀ। ਅੱਛਾ, ਵੀਰਵਾਰ ਤੇ ਐਤਵਾਰ ਜੀ। ਹਾਂ, ਕਿਹੜੇ ਪਾਸੇ? ਇੱਧਰ ਹੈ ਜੀ? ਇੱਧਰ ਹੈ, ਇੱਧਰ ਹੈ ਜੀ। ਪਹਿਲਾਂ ਆਪਾਂ ਫਿਰ ਇੱਧਰ ਹੁੰਦੇ ਚੱਲਦੇ ਹਾਂ ਜੀ। ਹਾਂਜੀ ਹਾਂਜੀ। ਦੇਖੋ ਜੀ, ਪੰਜਾਬ ਦੇ ਵਿੱਚ ਧਾਰਮਿਕ ਸੁਹਾਰਦ ਭਾਈਚਾਰਾ ਜਿਹੜਾ ਬੜਾ ਵਧੀਆ, ਅਤੇ ਗੁਪਤਪੀਰ ਜੀ ਅਤੇ ਆਹ ਰਸਤੇ 'ਚ ਗੁਰਦੁਆਰਾ ਸਾਹਿਬ ਹੈ ਜੀ। ਅੱਛਾ, ਗੁਰਦੁਆਰਾ ਸਾਹਿਬ ਕਿੰਨੇ ਨੇ ਜੀ ਆਪਣੇ ਇੱਥੇ? ਤਿੰਨ ਜੀ। ਤਿੰਨ ਗੁਰਦੁਆਰਾ ਸਾਹਿਬ ਨੇ ਜੀ, ਔਰ ਮੰਦਰ ਵੀ ਹੈ ਇਸ ਪਿੰਡ 'ਚ? ਹਾਂਜੀ। ਤਾਂ ਭਾਈਚਾਰਾ ਆਪਸ ਦੇ ਵਿੱਚ ਲੋਕਾਂ ਦਾ ਪ੍ਰੇਮ ਪਿਆਰ ਬਹੁਤ ਵਧੀਆ ਜੀ। ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਪਿਆਰ ਨਾਲ, ਸਤਿਕਾਰ ਨਾਲ ਸਾਰੇ ਇੱਕ ਦੂਜੇ ਨਾਲ ਰਹਿੰਦੇ ਜੀ, ਪਿਆਰ ਨਾਲ ਰਹਿੰਦੇ। ਲਓ ਜੀ, ਆਹ ਗੁਰਦੁਆਰਾ ਸਾਹਿਬ 'ਤੇ ਵੀ ਕੈਮਰਾ ਪਾਇਓ ਜੀ। ਤਾਂ ਨਿਸ਼ਾਨ ਸਾਹਿਬ ਲੱਗੇ ਹੋਏ ਜੀ, ਦੇਖੋ ਗੁਰਦੁਆਰਾ ਸਾਹਿਬ ਦੇ ਕੋਲੋਂ ਅਸੀਂ ਲੰਘ ਰਹੇ ਹਾਂ, ਬੰਮਨਾੜਾ ਪਿੰਡ ਦਿਖਾ ਰਹੇ ਹਾਂ। ਕੁਰਾਲੀ ਤੋਂ ਕਿੰਨੀ ਕੁ ਦੂਰ ਪੈਂਦਾ ਜੀ ਕੁਰਾਲੀ ਤੋਂ? ਜੀ, ਸਾਢੇ ਚਾਰ ਕਿਲੋਮੀਟਰ ਕੁਰਾਲੀ ਤੋਂ ਜੀ। ਇੰਨਾ ਹੀ ਮਰਿੰਡੇ ਤੋਂ ਹੈ, ਕਾਈਨੌਰ ਵੀ ਸਾਹਮਣੇ ਹੀ ਹੈ ਮੇਰੇ ਖਿਆਲ। ਤਿੰਨ ਕੁ ਕਿਲੋਮੀਟਰ ਕਾਈਨੌਰ ਹੈ, 3 ਕਿਲੋਮੀਟਰ ਕਾਈਨੌਰ ਹੈ, 5 ਕਿਲੋਮੀਟਰ ਸਾਡਾ ਹੋ ਗਿਆ ਕੁਰਾਲੀ, ਅਤੇ 5 ਕਿਲੋਮੀਟਰ ਇੱਥੋਂ ਹੋ ਗਿਆ ਮਰਿੰਡਾ ਜੀ। ਲਓ ਜੀ, ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਬੰਮਨਾੜਾ, ਬੰਮਨਾੜੇ ਦੀਆਂ ਗਲੀਆਂ 'ਚ। ਦੇਖੋ, ਜਦੋਂ ਵਲੋਗਿੰਗ ਕਰਦੇ ਨੇ ਜੀ ਅਸੀਂ, ਪਿੰਡਾਂ ਵਾਲੇ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ, ਨਾਲ ਹੀ ਪਿੰਡ ਦੀਆਂ ਜਿੰਨੀਆਂ ਸ਼ਖਸੀਅਤਾਂ ਨੇ, ਦੇਖੋ ਮੁਤਬਰ ਸ਼ਖਸੀਅਤਾਂ ਸਾਡੇ ਨਾਲ ਚੱਲ ਰਹੀਆਂ ਨੇ, ਔਰ ਪਿੰਡ ਜਿਹੜਾ ਹੈ ਦਿਖਾ ਰਹੇ ਹਾਂ ਤੁਹਾਨੂੰ ਬੰਮਨਾੜਾ। ਬਸ ਇਹੀ ਕਹਿੰਦੇ ਹਾਂ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ, ਔਰ ਸਾਹਮਣੇ ਕੈਮਰਾ ਪਾਉਣਾ ਜੀ ਆਪਾਂ ਨੇ ਹੁਣ। ਇਹ ਹੈ ਜੀ ਗੁਪਤ ਜੀ ਦੀ, ਹਾਂਜੀ, ਕੀ ਕਹਿੰਦੇ, ਪੂਰਾ ਨਾਮ ਕੀ ਹੈ ਜੀ? ਡਿਸਪੈਂਸਰੀ ਹੈ ਸਾਡੀ। ਅੱਛਾ, ਆਹ ਡਿਸਪੈਂਸਰੀ ਹੈਗੀ ਹੈ ਜੀ ਸਾਹਮਣੇ? ਅੱਛਾ, ਆਯੁਸ਼ਮਾਨ ਭਾਰਤ ਦੀ ਜਿਹੜੀ ਹੈ ਡਿਸਪੈਂਸਰੀ ਬਣੀ ਹੋਈ ਹੈ ਸਾਹਮਣੇ ਜੀ। ਹਾਂਜੀ, ਗੁੱਡ। ਅਤੇ ਇਹ ਤੁਹਾਡਾ ਟੈਂਕ ਪੂਰਾ ਪਾਣੀ ਦੀ ਸਪਲਾਈ ਬਣਾਇਆ ਜੀ? ਇਹ ਹੁਣੇ ਬਣਿਆ, ਜਲ ਸਪਲਾਈ ਦਾ ਪੂਰਾ ਪ੍ਰਬੰਧ ਹੈਗਾ। ਲਓ ਜੀ, ਪੰਜਾਬ ਦੇ ਜਿਹੜਾ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਨਾ ਜੀ, ਤਾਂ ਕਹਿੰਦੇ ਆ ਉੱਧਰੋਂ ਕਮੈਂਟ ਆਉਂਦੇ ਆ ਵੀ ਇੱਧਰ ਚੜ੍ਹਦੇ ਪੰਜਾਬ 'ਚ ਤਰੱਕੀ ਜ਼ਿਆਦਾ ਹੈ। ਠੀਕ ਹੈ ਜੀ, ਆਹ ਹੈਗੀ ਸਕੂਲ ਹੈ ਜੀ, ਆ ਪ੍ਰਾਇਮਰੀ ਸਕੂਲ ਹੈ ਸਾਡਾ। ਅੱਛਾ, ਆਮੋ ਸਾਹਮਣੇ ਹੀ ਹੈ ਜੀ? ਹਾਂਜੀ। ਲਓ ਜੀ, ਕੈਮਰਾ ਪਾਉਂਦੇ ਹਾਂ ਪਹਿਲਾਂ ਜੀ। ਆਹ ਹੈਗਾ ਜੀ ਸਰਕਾਰੀ ਮਿਡਲ ਸਕੂਲ ਬੰਮਨਾੜਾ ਰੂਪਨਗਰ, ਜਿਹੜੇ ਇਸ ਸਕੂਲ ਦੇ ਵਿੱਚ ਸਟਾਫ ਮੈਂਬਰ ਸਾਹਿਬਾਨ ਨੇ, ਟੀਚਰ ਸਾਹਿਬਾਨ, ਜ਼ਰੂਰ ਕਮੈਂਟ ਕਰਿਓ, ਆਪਣੀ ਹਾਜ਼ਰੀ ਲਵਾਇਓ, ਦੱਸਿਓ ਜੀ ਆਪਣੇ ਨਾਂ ਦੱਸਿਓ, ਔਰ ਖਾਸ ਤੌਰ 'ਤੇ ਜਿਹੜੇ ਬੱਚੇ, ਜਿਹੜੇ ਵਿਦਿਆਰਥੀ ਹੈ ਇਸ ਸਕੂਲ 'ਚੋਂ ਪੜ੍ਹ ਕੇ ਗਏ ਹੈ, ਉਹ ਵੀ ਜ਼ਰੂਰ ਜਿਹੜਾ ਹੈ ਆਪਣਾ ਨਾਂ ਦੱਸਣ, ਅਤੇ ਕਿਹੜੇ ਸੰਨ 'ਚ ਪੜ੍ਹੇ ਹੈ। ਕੈਮਰਾ ਪਾਓ ਜੀ ਇੱਧਰਲੇ ਪਾਸੇ ਬੋਰਡ 'ਤੇ, ਆਹ ਦੇਖੋ ਤੁਹਾਡਾ ਸਕੂਲ ਦਿਖਾ ਰਹੇ ਹੈ। ਦੇਸ਼ਾਂ ਵਿਦੇਸ਼ਾਂ 'ਚ ਜਾਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਤੁਸੀਂ ਬੈਠੇ ਇਸ ਵਲੌਗ ਨੂੰ ਦੇਖ ਰਹੇ ਹੋ, ਤਾਂ ਆਪਣੇ ਸਕੂਲ ਦੇ ਕੈਂਪਸ ਨੂੰ ਦੇਖਿਓ, ਔਰ ਜ਼ਰੂਰ ਜਿਹੜਾ ਹੈ ਕਮੈਂਟ ਕਰਿਓ। ਸਾਹਮਣੇ ਲਿਖਿਆ ਹੋਇਆ ਯਾਦਗਾਰ ਸਰਦਾਰ ਹਰਬੰਸ ਸਿੰਘ ਕੈਨੇਡਾ ਜੀ, ਕੀ ਹੈ ਇਹ ਕੌਣ? ਇਹ ਕਮਰਾ ਇੱਕ ਉਹਨਾਂ ਨੇ ਆਪਣੇ ਬਜ਼ੁਰਗ ਦੇ ਦਾਨ 'ਚ ਬਣਾਇਆ ਤਾ। ਬੜੀ ਵੱਡੀ, ਬਹੁਤ ਵਧੀਆ ਗੱਲ ਹੈ ਜੀ। ਹਾਂਜੀ, ਇਹ ਫੈਮਿਲੀ ਕੈਨੇਡਾ 'ਚ ਰਹਿੰਦੀ ਹੈ? ਕੈਨੇਡਾ ਜੀ। ਲਓ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬੜਾ ਵਧੀਆ ਕੰਮ ਕੀਤਾ ਤੁਸੀਂ, ਬਜ਼ੁਰਗਾਂ ਨੂੰ ਯਾਦ ਕੀਤਾ। ਔਰ ਇਹ ਹੈ ਸਰਕਾਰੀ ਪ੍ਰਾਇਮਰੀ ਸਕੂਲ ਬੰਮਨਾੜਾ, ਸਾਹਮਣੇ ਹੀ ਆ, ਆਹਮਣੇ ਸਾਹਮਣੇ ਦੋਨੋਂ ਸਕੂਲ। ਹਾਜ਼ਰੀਆਂ ਲਵਾਇਓ ਜਿਹੜੇ ਸਕੂਲ 'ਚੋਂ ਪੜ੍ਹੇ ਹੈ ਜਾਂ ਪੜ੍ਹਾ ਰਹੇ ਹੈ। ਬਰੋਟੇ ਲੱਗੇ ਹੋਏ ਆ, ਬਹੁਤ ਵਧੀਆ ਬਰੋਟਾ ਲੱਗਿਆ ਹੋਇਆ, ਘਣੀ ਛਾਂ ਹੈ ਜੀ। ਇੱਦਾਂ ਦੇ ਰੁੱਖ ਕਿੱਥੇ ਮਿਲਦੇ ਆ ਜੀ ਅੱਜ ਕੱਲ੍ਹ ਦੇਖਣ ਨੂੰ, ਹੈ ਨਾ? ਬਹੁਤ ਪੁਰਾਣਾ। ਹਾਂ, ਦੋਨਾਂ ਸਕੂਲਾਂ ਦੇ ਵਿੱਚ ਜਿਹੜਾ ਹੈ ਮੈਂ ਦੇਖਿਆ, ਇੱਧਰ ਵੀ ਉੱਧਰ ਵੀ ਰੁੱਖ ਪੂਰੇ ਲੱਗੇ ਹੋਏ ਆ, ਕਮਾਲ ਦੀ ਗੱਲ ਹੈ ਜੀ। ਆਹ ਹੈ ਜੀ ਸਮਾਤ ਜੀ, ਕੀ ਹੈ ਡੇਰਾ ਹੈ? ਗੁਪਤਪੀਰ ਜੀ। ਆਹ ਪਾਓ ਜੀ ਕੈਮਰਾ।
ਆਹ ਹੈ ਜੀ ਗੁਪਤ ਪੀਰ ਜੀ ਦਾ ਡੇਰਾ ਜਿਹੜਾ ਹੈ ਇਸ ਪਿੰਡ ਦੇ ਵਿੱਚ। ਔਰ ਵੀਰਵਾਰ ਨੂੰ ਅਤੇ ਹਰ ਐਤਵਾਰ ਨੂੰ ਇੱਥੇ ਜਿਹੜਾ ਹੈ ਲੋਕ ਆਉਂਦੇ ਨੇ, ਨਤਮਸਤਕ ਹੁੰਦੇ ਨੇ। ਬਾਬਾ ਗੁਪਤੀ ਪੀਰ ਜੀ ਅਸਥਾਨ ਸਿਰ ਟੱਕ ਕੇ ਅੰਦਰ ਆਓ ਜੀ, ਪੂਰਾ ਸਿਸਟਮ ਜਿਹੜਾ ਹੈ ਬਣਿਆ ਹੋਇਆ, ਬੜੀ ਸ਼ਰਧਾ ਦੇ ਨਾਲ ਇਸ ਨੂੰ ਬਣਾਇਆ ਹੋਇਆ ਅਤੇ ਪਿੰਡ ਬਮਨਾੜਾ ਦਾ ਇੱਕ ਖਾਸ ਸਥਾਨ ਹੈ ਜੀ ਇਹ, ਬੜਾ ਵਧੀਆ ਲੱਗਿਆ ਜੀ। ਚਲੋ ਜੀ ਚੱਲਦੇ ਹਾਂ ਜੀ, ਆਹ ਹੈ ਮੰਦਿਰ ਸਾਹਮਣੇ ਜੀ, ਲਓ ਜੀ ਤਾਂ ਧਾਰਮਿਕ ਸੁਹਾਰਦ ਦੀ ਪੂਰੀ ਉਦਾਹਰਣ ਹੈ ਜੀ। ਨਾਲ ਹੀ ਮੰਦਿਰ ਹੈ ਜੀ, ਬਿਲਕੁਲ ਗੁਰਦੁਆਰਾ ਸਾਹਿਬ ਔਰ ਮੰਦਿਰ ਔਰ ਨਾਲ ਹੀ ਬਾਬਾ ਗੁਪਤ ਸ਼ਾਹ ਪੀਰ ਦੀ ਸਮਾਧ ਦਿਖਾਈ ਹੈ। ਔਰ ਅੰਦਰ ਦੇਖੋ ਬੜਾ ਰਮਣੀਕ ਸਥਾਨ ਹੈ ਮੰਦਿਰ ਦਾ ਵੀ। ਪਿੰਡ ਦਿਖਾ ਰਹੇ ਹਾਂ ਜੀ ਬਮਨਾੜਾ, ਚੱਲਦੇ ਹਾਂ ਜੀ, ਆਓ ਚੱਲੀਏ ਜੀ ਅੱਗੇ ਬਮਨਾੜਾ ਦਿਖਾਉਂਦੇ ਹਾਂ ਜੀ। ਹਾਂਜੀ ਸਰਪੰਚ ਸਾਹਿਬ, ਹੁਣ ਕਿੱਧਰ ਜਾਣਾ ਜੀ ਆਪਾਂ ਜੀ? ਆਪਾਂ ਚੱਲਣਾ ਜੀ ਵਾਲਮੀਕੀ ਮੰਦਿਰ। ਅੱਛਾ, ਵਾਲਮੀਕੀ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਹੈ, ਬਹੁਤ ਵਧੀਆ ਜੀ। ਔਰ ਇੱਥੇ ਨਾਲ ਹੀ ਹੈਗਾ ਜੀ, ਵਾਹ ਜੀ ਵਾਹ। ਲਓ ਜੀ ਗਲੀਆਂ ਦੇਖੋ ਜੀ, ਬਿਲਕੁਲ ਪੱਕੀਆਂ ਪਿੰਡ ਦੀਆਂ। ਲਓ ਜੀ ਅੱਗੇ ਹੈ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਜੀ, ਗੁੱਡ। ਲਓ ਜੀ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਦੇ ਦਰਸ਼ਨ ਕਰਾਵਾਂਗੇ ਜੀ। ਔਰ ਬੜਾ ਪਿਆਰ, ਬੜਾ ਇਖਲਾਕ ਇੱਥੇ ਦੇ ਲੋਕਾਂ ਦੇ ਵਿੱਚ ਹੈ, ਬੜੀ ਮੁਹੱਬਤ ਲੋਕਾਂ 'ਚ ਹੈ ਪਿੰਡ ਬਮਨਾੜਾ। ਲਓ ਜੀ ਬਮਨਾੜੇ ਦੀਆਂ ਗਲੀਆਂ, ਪਿੰਡ ਦਿਖਾਉਂਦੇ ਹਾਂ, ਵਿਰਸੇ ਅਤੇ ਵਿਰਾਸਤ 'ਤੇ ਕੰਮ ਕਰਦੇ ਹਾਂ, ਇਲਾਕਾ ਕਵਰ ਕਰਦੇ ਹਾਂ ਜੀ ਆਪਾਂ। ਇਹ ਹੈ ਜੀ ਮੰਦਿਰ, ਆਹ ਹੈ ਜੀ ਭਗਵਾਨ ਵਾਲਮੀਕੀ ਜੀ ਦਾ ਤੀਰਥ ਸਥਾਨ, ਵਾਹ ਜੀ ਵਾਹ। ਇਹ ਅੰਦਰਲੇ ਪਾਸੇ ਮੰਦਿਰ ਬਣਿਆ ਹੋਇਆ ਜੀ, ਵਾਹ ਜੀ ਵਾਹ। ਅੰਦਰੋਂ ਕੈਮਰਾ ਪਾਓ ਜੀ, ਇੱਧਰਲੇ ਪਾਸੇ ਤੋਂ ਇੱਧਰੋਂ ਕੈਮਰਾ ਪਾ ਕੇ ਦਿਖਾਓ ਜੀ ਮੰਦਿਰ, ਭਗਵਾਨ ਵਾਲਮੀਕੀ ਜੀ ਦਾ ਮੰਦਿਰ। ਇਹ ਹੈ ਜੀ ਦੇਖੋ ਇਸ ਮੰਦਿਰ ਦੀ ਖਾਸੀਅਤ, ਇਹਦੇ 'ਚ ਪੂਰਾ ਬਣਿਆ ਹੋਇਆ ਬੈਕ ਸਾਈਡ 'ਤੇ ਉਹੀ ਗੱਲ ਫਿਰ ਆ ਗਈ, ਖੂਹ ਵੀ ਹੈ ਔਰ ਬਹੁਤ ਪੁਰਾਣਾ ਪਿੱਪਲ ਹੈ, ਕੀ ਪਿੱਪਲ ਹੈ ਜੀ, ਪਿਲਕਣ ਹੈ, ਪਿਲਕਣ ਲੱਗੀ ਹੋਈ ਹੈ ਜੀ। ਇੱਕ ਵਾਰੀ ਖੂਹ 'ਤੇ ਕੈਮਰਾ ਪਾਇਓ ਜੀ, ਜਾ ਕੇ ਦਿਖਾਇਓ ਜੀ ਜਰਾ, ਕਹਿੰਦੇ ਜੀ ਚਲਦੀ ਹਾਲਤ 'ਚ ਹੈਗਾ ਜੀ ਖੂਹ ਇਹ, ਬੜੀ ਵਧੀਆ ਗੱਲ ਹੈ। 'ਚ ਪਾਣੀ ਪੂਣੀ ਕੱਢ ਰਹੇ ਹੈ, ਪਾਈਪ ਲੱਗਿਆ ਹੋਇਆ ਜੀ, ਉੱਥੋਂ ਚਲਾਇਆ ਜਾ ਰਿਹਾ ਖੂਹ ਨੂੰ। ਜਿੱਥੇ ਚਲਦੀ ਹਾਲਤ 'ਚ ਖੂਹ ਹੋਵੇ ਜੀ, ਬਹੁਤ ਵਧੀਆ ਲੱਗਦਾ ਜੀ ਉੱਥੇ, ਬਹੁਤ ਅੱਛੀ ਗੱਲ ਹੈ ਜੀ। ਖੂਹ ਦੇਖੋ ਕਿਸੇ ਸਮੇਂ ਪੁਰਾਣੇ ਸਾਡਾ ਇਹੀ ਸੋਰਸ ਹੁੰਦੇ ਸੀ, ਇਹੀ ਵੱਡਾ ਸਰੋਤ ਹੋਇਆ ਕਰਦੇ ਸੀਗੇ ਜੀ। ਲਓ ਜੀ ਆਹ ਦੇਖੋ ਸਾਰਾ ਪਿੰਡ, ਆਹ ਬੱਚੇ ਹਜੂਮ ਦੇ ਨਾਲ ਖੜ੍ਹੇ ਹੋ ਗਏ ਸਾਡੇ ਨਾਲ, ਬੜੇ ਪਿਆਰੇ ਬੱਚੇ ਹੈ। ਔਰ ਸਾਰੇ ਪਿੰਡ ਵਾਸੀ ਦੇਖੋ ਕਿਸ ਤਰ੍ਹਾਂ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ ਦੀ ਪੂਰੀ ਟੀਮ ਦਾ ਜਿਹੜਾ ਕਿਸ ਤਰ੍ਹਾਂ ਸਵਾਗਤ ਕਰਦੇ ਹੈ, ਬਹੁਤ ਚੰਗਾ ਲੱਗਦਾ। ਸਾਡੀ ਵਲੌਗਿੰਗ ਨੂੰ ਹੌਸਲਾ ਅਫਜ਼ਾਈ ਮਿਲਦੀ ਹੈ। ਤੁਸੀਂ ਵੀ ਜਿੱਥੋਂ ਵੀ ਇਹ ਵਲੌਗ ਦੇਖ ਰਹੇ ਹੋ, ਜੇਕਰ ਆਪਣਾ ਪਿੰਡ ਦਿਖਾਉਣਾ ਚਾਹੁੰਦੇ ਹੋ, ਆਪਣਾ ਪਿਛੋਕੜ ਦਿਖਾਉਣਾ ਚਾਹੁੰਦੇ ਹੋ, ਅਤੀਤ ਦੀਆਂ ਗੱਲਾਂ ਕਰਾਉਣੀਆਂ ਚਾਹੁੰਦੇ ਹੋ, ਜਾਂ ਚਾਹੁੰਦੇ ਹੋ ਕਿਸੇ ਬਜ਼ੁਰਗ ਦੇ ਨਾਲ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਰਿਕਾਰਡ ਕਰੀਏ, ਜਿਹੜੀ ਵਡੇਰੀ ਉਮਰ ਦੇ ਹੈ, ਦੇਖੋ ਕਿਤਾਬਾਂ ਨੇ ਬੋਲਦੀਆਂ, ਜੇਕਰ ਉਹਨਾਂ ਨੂੰ ਅਸੀਂ ਰਿਕਾਰਡ ਕਰ ਲਾਂਗੇ, ਡਿਜੀਟਲ ਰਿਕਾਰਡ ਕਰ ਲਾਂਗੇ, ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਸੌਖਾ ਹੋ ਜਾਏਗਾ ਕੰਮ ਅਤੀਤ ਨੂੰ ਜਾਣਨ ਦੇ ਲਈ। ਕਮੈਂਟ ਜ਼ਰੂਰ ਕਰਿਓ, ਔਰ ਜੇਕਰ ਤੁਹਾਡੇ ਕੋਈ ਬਜ਼ੁਰਗ ਹੈ ਤਾਂ ਸਾਨੂੰ ਕਮੈਂਟ ਕਰਿਓ, ਆਪਣਾ ਪਿੰਡ ਦਿਖਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਨੂੰ ਕਮੈਂਟ ਕਰ ਦਿਓ, ਅਸੀਂ ਤੁਹਾਡਾ ਜਵਾਬ ਦੇਵਾਂਗੇ। ਕਿਉਂ ਜੀ ਭਾਈ ਸਾਹਿਬ, ਕੈਮਰੇ 'ਤੇ ਰਾਜੇਸ਼ ਚੋਪੜਾ ਜੀ ਅਕਸਰ ਇਹ ਕਈ ਵਾਰੀ ਆਫ ਦੀ ਕੈਮਰਾ ਵੀ ਹੁੰਦੇ ਨੇ, ਔਨ ਦੀ ਕੈਮਰਾ ਵੀ ਹੁੰਦੇ ਨੇ, ਇਹਨਾਂ ਦੇ ਟੈਲੀਫੋਨ ਨੰਬਰ ਸਾਡੇ ਫੇਸਬੁੱਕ ਪੇਜ 'ਤੇ ਦਿੱਤੇ ਹੋਏ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬੜੀ ਪਿਆਰੀ ਰੂਹ ਹੈ ਮੇਰੇ ਸਕੇ ਭਰਾਇਆ ਜੀ, ਅਸੀਂ ਦੋਨੋਂ ਔਰ ਵਲੌਗਿੰਗ ਕਰਦੇ ਹਾਂ, ਦੋਨੋਂ ਟੀਚਰਸ ਹੈ, ਦੋਨੋਂ ਆਪਣੇ ਸਕੂਲ ਚਲਾਉਂਦੇ ਹਾਂ, ਇੰਸਟੀਟਿਊਸ਼ਨ ਚਲਾਉਂਦੇ ਹਾਂ, ਇਹ ਕੁਰਾਲੀ ਦੇ ਵਿੱਚ ਹੈ, ਮੈਂ ਰੋਪੜ 'ਚ ਹੈ, ਦੱਸ ਰਹੇ ਹਾਂ ਕਿ ਅਸੀਂ ਕਰਦੇ ਕੀ ਹੈ। ਕਈ ਵਾਰੀ ਲੱਗਦਾ, ਕਈ ਕਮੈਂਟਸ ਕਰਦੇ ਨੇ ਕਿ ਤੁਹਾਡਾ ਪ੍ਰੋਫੈਸ਼ਨ ਕੀ ਹੈ। ਕੁਰਾਲੀ ਦੇ ਵਿੱਚ ਹੌਲੀ ਕਿਡਸ ਨਾਂ ਦਾ ਸਕੂਲ ਰਾਜੇਸ਼ ਚੋਪੜਾ ਜੀ, ਔਰ ਰੋਪੜ ਦੇ ਵਿੱਚ ਲਿਟਲ ਏਂਜਲ ਸਮਾਰਟ ਸਕੂਲ, ਦੋਨੋਂ ਅਸੀਂ ਐਜੂਕੇਸ਼ਨ ਦੇ ਵਿੱਚ ਸੇਵਾ ਨਿਭਾ ਰਹੇ ਹਾਂ। ਇਹ ਵੀ ਇੱਕ ਐਜੂਕੇਸ਼ਨ ਹੀ ਹੈ,
ਜਿਹੜੀ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਵੀ ਇੱਕ ਐਜੂਕੇਸ਼ਨ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਜ਼ੁਰਗਾਂ ਨਾਲ ਗੱਲਾਂ ਕਰਦੇ ਹਾਂ ਅਸੀਂ, ਪੁਰਾਣੇ ਲੋਕਾਂ ਨਾਲ ਗੱਲਾਂ ਕਰਦੇ ਹਾਂ, ਵਿਰਸੇ ਨਾਲ ਗੱਲਾਂ ਕਰਦੇ ਹਾਂ, ਅਤੇ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਜ਼ਮੀਨ ਦੇ ਨਾਲ ਜੁੜੀਆਂ ਹੋਈਆਂ, ਇਹ ਸਾਡੇ ਅਸਲੀ ਹੀਰੋ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਅਸੀਂ ਟੈਲੀਵਿਜ਼ਨ 'ਤੇ ਕ੍ਰਿਕਟਰਸ ਦੇਖਦੇ ਹਾਂ, OTT ਪਲੇਟਫਾਰਮ 'ਤੇ ਹੀਰੋਜ਼ ਦੇਖਦੇ ਹਾਂ, ਇੱਕ ਹੀਰੋ ਜਿਹੜਾ ਹੈ ਕਿੰਨੇ ਕਿੰਨੇ ਵਿਲਨਸ ਨਾਲ ਲੜ ਰਿਹਾ ਹੈ, ਉਹ ਨਹੀਂ ਅਸਲੀ ਹੀਰੋ। ਅਸਲੀ ਹੀਰੋ ਇਹ ਹੈ ਸਾਡੇ, ਆਹ ਦੇਖੋ ਬਾਬੇ ਸਾਡੇ, ਆਹ ਹੈ ਪੇਂਡੂ ਲੋਕ ਸਾਡੇ, ਇਹ ਹੈ ਅਸਲੀ ਹੀਰੋ ਜਿਨ੍ਹਾਂ ਨੇ ਸਾਡੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ। ਇਸ ਗੱਲ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਕਿ ਵਾਕਈ ਇਹ ਸਾਡੇ ਅਸਲੀ ਹੀਰੋ ਹੈ ਜਾਂ ਨਹੀਂ ਹੈ। ਚੱਲਦੇ ਹਾਂ, ਪਿੰਡ ਦਿਖਾ ਰਹੇ ਹਾਂ ਜੀ ਤੁਹਾਨੂੰ, ਬਮਨਾੜਾ, ਆਹ ਲਓ ਜੀ ਪਿੰਡ ਦੀ ਵਿਰਾਸਤ। ਕਈਆਂ ਨੇ ਪਾਥੀਆਂ ਨਹੀਂ ਦੇਖੀਆਂ ਹੁੰਦੀਆਂ ਜੀ, ਚੰਡੀਗੜ੍ਹ ਵਾਲਿਆਂ ਨੂੰ ਤਾਂ ਦਿਖਾ ਦਿਓ, ਆਹ ਬਈ ਚੰਡੀਗੜ੍ਹ ਵਾਲਿਆਂ ਨੂੰ ਦਿਖਾ ਦਿਓ, ਪਾਥੀਆਂ ਨਹੀਂ ਪਤਾ ਹੁੰਦੀਆਂ, ਪਾਥੀਆਂ ਕਿਹਨੂੰ ਕਹਿੰਦੇ ਆ ਜੀ, ਇਹ ਪਤਾ ਨਹੀਂ ਜੀ ਕਈ ਵਾਰੀ ਸ਼ਹਿਰ ਦੇ ਲੋਕਾਂ ਨੂੰ, ਹੈ ਨਾ ਜੀ। ਲਓ ਜੀ ਗੁਰਦੁਆਰਾ ਸਾਹਿਬ, ਇਹ ਗੁਰਦੁਆਰਾ ਸਾਹਿਬ ਹੈ ਜੀ, ਗੁਰੂ ਅਮਰਦਾਸ ਜੀ ਦੀ ਜਾਤ। ਹਾਂਜੀ, ਗੁਰੂ ਅਮਰਦਾਸ ਜੀ ਦੀ ਜਾਤ 'ਚ। ਅੱਛਾ, ਸ਼੍ਰੀ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਯਾਦ ਦੇ ਵਿੱਚ ਪਿੰਡ ਬਮਨਾੜਾ ਚਰਨਛੋਹ ਪ੍ਰਾਪਤ ਪੂਰਨ ਬ੍ਰਹਮ ਗਿਆਨੀ ਸ਼੍ਰੀ ਮਾਨ ਸਿੰਘ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ। ਲਓ ਜੀ, ਇਹ ਗੁਰਦੁਆਰਾ ਸਾਹਿਬ ਹੈ ਪਿੰਡ ਦੇ ਵਿੱਚ ਅੰਦਰਲੇ, ਬਿਲਕੁਲ ਅੰਦਰੂਨ ਦੇ ਵਿੱਚ ਹੈ, ਅੰਦਰ ਦੇ ਵਿੱਚ ਹੈ ਜੀ। ਚਲੋ ਜੀ, ਆਓ ਜੀ, ਅੱਗੇ ਆਓ ਜੀ ਭਾਈ ਸਾਹਿਬ, ਕੈਮਰਾ ਪਾਇਓ ਜੀ, ਕੋਈ ਸ਼ਖਸੀਅਤ 'ਤੇ ਰਹਿ ਨਾ ਜਾਵੇ। ਹੁਣ ਇੱਧਰ ਦੇਖੋ, ਪਿੱਛੇ ਤੱਕ ਸਾਰੇ ਦਿਖਾਓ ਜੀ, ਕਿਸ ਤਰ੍ਹਾਂ ਸਾਡੇ ਨਾਲ ਤੁਰੇ ਨੇ, ਇੱਕ ਆਵਾਜ਼ 'ਤੇ ਸਾਡੇ ਨਾਲ ਤੁਰੇ ਨੇ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ, ਠੀਕ ਲੱਗ ਰਿਹਾ ਜੀ? ਹਾਂਜੀ, ਬਹੁਤ ਵਧੀਆ, ਪਿੰਡ ਦਿਖਾ ਰਹੇ ਹਾਂ। ਹਾਂਜੀ, ਇਹ ਪੂਰੇ ਕੈਨੇਡਾ ਵਾਲੇ ਨੇ, ਇਟਲੀ ਵਾਲੇ, ਜਰਮਨੀ ਵਾਲੇ, ਸਭ ਨੇ ਦੇਖਣਾ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਲਓ ਜੀ, ਆਪਣੇ ਪਿੰਡ ਦੇ ਬੰਦੇ ਬਾਹਰ ਵੀ ਹੈ ਜੀ? ਹਾਂਜੀ, ਬਹੁਤ ਬਾਹਰ ਹੈ ਜੀ। ਕਿਹੜੇ ਕਿਹੜੇ ਦੇਸ਼ਾਂ 'ਚ ਹੈ? ਕੈਨੇਡਾ 'ਚ ਹੈ ਜੀ, ਅਮਰੀਕਾ 'ਚ ਵੀ ਹੈ, ਇਟਲੀ 'ਚ ਵੀ ਹੈ, ਤੇ ਬਾਕੀ ਦੁਬਈ ਵਗੈਰਾ 'ਚ ਵੀ ਹੈ। ਲਓ ਜੀ, ਹਾਂਜੀ, ਮੇਰੇ ਖਿਆਲ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਨਹੀਂ ਗਏ ਹੈ, ਸਾਰੇ ਗਏ। ਲਓ, ਹੁਣ ਦੇ ਬੱਚੇ ਬਹੁਤ ਚਲੇ ਗਏ ਜੀ, ਬਿਹਾਰ ਦੇ ਯੂਪੀ ਦੇ ਬੰਦੇ ਇੱਥੇ ਆ ਕੇ ਕਾਬਜ਼ ਹੋ ਜਾਂਦੇ ਹੈ, ਉਹਨਾਂ ਨੇ ਆਉਣਾ ਹੀ ਹੈ, ਤੇ ਸਪੇਸ ਉਹਨਾਂ ਨੂੰ ਇੱਥੇ ਮਿਲਦੀ ਹੈ, ਸਾਨੂੰ ਉੱਥੇ ਮਿਲਦੀ ਹੈ। ਜੇ ਕਈ ਲੋਕ ਮੈਨੂੰ ਕਹਿੰਦੇ ਕਿ ਬੇਰੁਜ਼ਗਾਰੀ, ਕਮੈਂਟ ਆਇਆ ਮੈਨੂੰ, ਕਹਿੰਦੇ ਬੇਰੁਜ਼ਗਾਰੀ ਜਿਹੜੀ ਹੈ ਨਹੀਂ ਹੈ, ਮੈਂ ਕਿਹਾ ਕਿਉਂ ਨਹੀਂ ਹੈ? ਕਹਿੰਦੇ ਜੇ ਬੇਰੁਜ਼ਗਾਰੀ ਹੁੰਦੀ ਤਾਂ ਯੂਪੀ ਬਿਹਾਰ ਵਾਲੇ ਕਿਉਂ ਆਉਂਦੇ ਜੀ? ਨਹੀਂ, ਬੇਰੁਜ਼ਗਾਰੀ ਸਾਡੇ ਬੱਚੇ ਕੁਆਲੀਫਾਈਡ ਹੈ, ਹਾਂ, ਅੱਛੀਆਂ ਅੱਛੀਆਂ ਮਤਲਬ ਪੋਸਟਾਂ 'ਚ ਉਹਨੇ, ਇੱਥੇ ਹੈ ਨਹੀਂ। ਕੋਈ ਬੱਚਾ PhD ਕਰਦਾ, ਕੋਈ MSc ਕਰਦਾ, ਜਾਂ MSc ਕਰਦਾ, ਉਹ ਇੱਥੇ 10-10 ਹਜ਼ਾਰ ਨੂੰ ਸਕੂਲਾਂ 'ਚ ਧੱਕੇ ਖਾਂਦਾ, ਆਹ ਗੜਬੜ ਹੈ ਸਾਰੀ। ਹਾਂਜੀ, ਉੱਥੇ ਜਾ ਕੇ ਬੱਚਾ ਪੈਰਾਂ ਤੇ ਖੜਦਾ, ਜੋਬ ਵੀ ਲੈਂਦਾ ਤੇ ਆਪਣੇ ਘਰ ਵੀ ਲੈਂਦਾ, 5-4 ਸਾਲ 'ਚ ਬੱਚਾ ਸੈੱਟ ਹੋ ਜਾਂਦਾ। ਨਾਂ ਕੀ ਸਰ ਤੁਹਾਡਾ? ਹਾਂਜੀ, ਇਕਬਾਲ ਸਿੰਘ। ਦੇਖੋ ਜੀ, ਸਰਦਾਰ ਇਕਬਾਲ ਸਿੰਘ ਜੀ ਨੇ ਬਮਨਾੜਾ ਦੇ ਹੈ, ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ, ਹੈ ਨਾ ਜੀ, ਬੜੀ ਵਧੀਆ ਗੱਲ ਕੀਤੀ। ਕਿ ਕਾਰਨ ਵੀ ਕਈ ਹੈ ਕਿ 8-10 ਹਜ਼ਾਰ ਦੀ ਨੌਕਰੀ ਇੱਥੇ ਨਹੀਂ ਹੁੰਦੀ, ਵਧੀਆ ਸੈਟਲਮੈਂਟ ਚਾਹੀਦੀ ਜ਼ਿੰਦਗੀ ਦੀ, ਇਸ ਕਰਕੇ ਵੀ ਪੰਜਾਬੀ ਬਾਹਰ ਜਾ ਰਹੇ ਨੇ, ਪਰ ਬਾਹਰ ਜਾ ਕੇ ਪਿੰਡ ਨਾਲ ਜੁੜੇ ਹੋਏ ਜੀ, ਬਿਲਕੁਲ ਬਿਲਕੁਲ ਆਉਂਦੇ ਰਹਿੰਦੇ। ਹਾਂ ਬਿਲਕੁਲ। ਹਾਂਜੀ, ਆਹ ਸੁਸਾਇਟੀ ਹੈ ਜੀ, ਕਿੰਨੇ ਕੁ ਮੈਂਬਰ ਹੈ ਜੀ? ਵਿੱਚ ਹੁੰਦਾ ਜੀ, ਹੈਗੇ ਜੀ 40-50 ਮੈਂਬਰ। 40-50 ਮੈਂਬਰ ਹੈਗੇ ਇਹਦੇ, ਦੋ ਸੁਸਾਇਟੀਆਂ ਜੀ ਸਾਡੇ ਉਰੇ। ਆਹ ਪਾਇਓ ਜੀ ਕੈਮਰਾ ਜੀ ਉੱਪਰ ਬੋਰਡ ਤੇ ਜੀ, ਆਹ ਵੇਰਕਾ ਦਾ ਜਿਹੜਾ ਹੈ ਇਹ ਪੂਰਾ ਕਲੈਕਸ਼ਨ ਹਾਊਸ ਕਹਿ ਸਕਦੇ ਆਪਾਂ, ਇੱਥੇ ਕਲੈਕਸ਼ਨ ਹੁੰਦੀ ਹੈ। ਇਹ ਜਿਹੜਾ ਡੈਰੀ ਦਾ ਕਮਰਾ, ਇਹਦਾ ਜਿਹੜਾ ਦਰਵਾਜ਼ਾ ਲੱਗਿਆ ਉਹ ਪੁਰਾਣਾ ਲੱਗਿਆ ਹੋਇਆ, ਪੁਰਾਤਨ ਹੈ ਬਿਲਕੁਲ, 47 ਦਾ, ਉਹਨਾਂ ਲੋਕਾਂ ਨੇ ਲਾਇਆ ਹੋਇਆ ਜਿਹੜੇ ਇੱਥੋਂ ਗਏ ਆ, ਇਹ ਉਹੀ ਦਰਵਾਜ਼ਾ, ਆਹ ਦਰਵਾਜ਼ਾ ਉਹੀ ਹੈ ਭਾਈ ਸਾਹਿਬ, ਆਹ ਗੱਲ ਸੁਣਨ ਵਾਲੀ ਹੈ ਜੀ।
ਆਹ ਕੁੰਡੇ 'ਤੇ ਕੈਮਰਾ ਪਾਓ, ਇੱਧਰ ਆਓ ਜੀ, ਬਾਹਰ ਆਓ, ਮੈਂ ਤੁਹਾਨੂੰ ਦਿਖਾਉਂਦਾ ਇੱਕ ਚੀਜ਼ ਜੀ, ਆਹ ਚੀਜ਼ ਦੇਖਣ ਵਾਲੀ ਹੈ ਜਿਹੜੀ ਸਰਦਾਰ ਸਾਹਿਬ ਨੇ ਕਹੀ ਗੱਲ। ਆਹ ਦਰਵਾਜ਼ਾ ਹੈਗਾ ਜੀ ਪੁਰਾਣਾ, ਦੇਖੋ ਜੀ, ਆਹ ਕਰਿਓ ਜੀ ਬੰਦ ਜਰਾ, ਕੁੰਡਾ ਥੱਲੇ ਵੀ ਲੱਗਿਆ ਹੋਇਆ ਜੀ, ਆਹ ਦੇਖੋ ਥੱਲੇ ਵੀ ਕੁੰਡਾ ਲੱਗਿਆ ਜੀ। ਇਹ 47 ਤੋਂ ਪਹਿਲਾਂ ਦਾ ਦਰਵਾਜ਼ਾ, ਕਮਾਲ ਹੈ, 64 ਦੇਖੋ ਜੀ ਕਿੰਨੀ ਜ਼ਬਰਦਸਤ ਹੈ, ਕਮਾਲ ਹੈ, ਨਕਾਸ਼ੀ ਦੇਖਣ ਵਾਲੀ ਹੈ। ਆਹ ਕੁੰਡੇ ਕਬਜ਼ੇ ਜਿਹੜੇ ਹੈ ਹੁਣ ਕਿੱਥੇ ਦਿਖਦੇ ਵੇਖਣ ਨੂੰ, ਆਹ ਦੇਖੋ ਲੱਗਦਾ ਜੀ, ਪਾਇਓ ਜੀ ਕਲੋਜ਼ ਕਰਕੇ ਕੈਮਰਾ ਜੀ, ਆਹ ਦੇਖੋ ਇੱਦਾਂ ਲੱਗਦਾ ਹੁੰਦਾ ਸੀ ਇਹ ਕੁੰਡਾ, ਇਹ ਆਹ ਤਰੀਕਾ ਸੀਗਾ ਜੀ। ਹਾਂ ਚੌੜੀਆਂ ਕੰਡਾਂ ਜੀ, ਇਹ ਤਾਂ 14 ਇੰਚ 13 ਇੰਚ ਦੀ ਕੰਧ ਲੱਗਦੀ ਆ ਇਹ, ਆਹ ਦੇਖੋ ਜੀ 13 ਇੰਚ ਦੀ ਕੰਧ, ਇਹ 47 ਤੋਂ ਪਹਿਲਾਂ ਦੀ ਇਮਾਰਤ ਹੈ ਜੀ। ਲਓ ਜੀ ਤੁਸੀਂ ਸਭ, ਹਾਂਜੀ ਅਸੀਂ ਨਗਲ ਵੀ ਕਰਕੇ ਆਏ ਜੀ ਅਸੀਂ, ਲਓ ਜੀ ਕਮਾਲ ਦੀ ਗੱਲ ਹੈ ਜੀ। ਤੁਸੀਂ ਦੁੱਧ ਪਾਉਣਾ ਹੈ ਕਿ ਲੈ ਕੇ ਚੱਲੇ ਜੀ? ਪਾਉਣਾ ਜੀ। ਕਿੰਨਾ ਦੁੱਧ ਲੈ ਗਏ ਜੀ? 20 ਕਿਲੋ ਹੋਊਗਾ ਜੀ। ਅੱਛਾ ਅੱਛਾ, ਕਿੰਨੀਆਂ ਮੱਝਾਂ ਰੱਖੀਆਂ ਹੋਈਆਂ? ਹੈਗੀਆਂ 4-5 ਜੀ। 4-5 ਕੰਮ ਚੱਲਦਾ ਸਹੀ? ਓਕੇ ਕੰਮ ਹੈ, ਓਕੇ ਜੀ ਵਧੀਆ, ਕੋਈ ਦਿੱਕਤ ਨਹੀਂ, ਕੋਈ ਦਿੱਕਤ। ਲਓ ਜੀ ਚੈਨਲ ਦਿਖਾ, ਚੈਨਲ ਤੇ ਪਿੰਡ ਦਿਖਾ ਰਹੇ ਜੀ, ਠੀਕ ਹੈ ਜੀ। ਆਹ ਲਓ ਜੀ ਕਮਾਲ ਹੈ, ਕਮਾਲ ਹੈ, ਵਧੀਆ ਚਗਾਠ। ਆਹ ਲਓ ਜੀ ਦੇਖੋ ਜੀ, ਆਹ ਇੱਕ ਉੱਪਰ ਮੀਨਾਕਾਰੀ ਤਾਂ ਵੀ ਪਾਇਓ ਜੀ ਕੈਮਰਾ, ਕਿੱਥੇ ਮਿਲਦੇ ਜੀ, ਕਿਆ ਕਹਿਣੇ, ਇਹ ਵਿਰਾਸਤ ਹੈ ਜੀ। ਬਿਲਕੁਲ ਬਿਲਕੁਲ, ਮੈਂ ਕਹਿੰਦਾ ਉਹ ਕਿੰਨੀਆਂ ਖੁਦਾਈ ਕਰੀ ਹੈ, ਉਹਦੀ ਫੋਟੋਆਂ ਵਿੱਚ ਲੱਗੀਆਂ ਹੋਈਆਂ, ਬਹੁਤ ਬਰੀਕੀ ਕੰਮ ਕੀਤਾ ਹੋਇਆ ਸੀ, ਇਹ ਸਾਰਾ ਪੁਰਾਣਾ ਮਤਲਬ ਕਿ ਉਹਨਾਂ ਦਾ ਮੁਸਲਿਮ ਲੋਕਾਂ ਦਾ ਹੀ ਉਸ ਤਰ੍ਹਾਂ ਹੀ ਐਜ਼ ਇਟ ਇਜ਼। ਹਾਂਜੀ ਹਾਂਜੀ 47। ਲਓ ਜੀ ਆਹ ਦੇਖੋ ਜੀ, ਇੱਕ ਕਰਕੇ ਹੌਲੀ ਜਿਹੀ ਕੈਮਰਾ ਪਾਇਆ ਜੀ ਜਰਾ ਇੱਥੋਂ, ਆਹ ਦੇਖੋ ਜੀ ਆਹ ਕਿੰਨੇ ਕਿੰਨੇ ਜਿਹੜੀਆਂ ਮੇਖਾਂ ਲੱਗੀਆਂ ਹੋਈਆਂ, ਕਿਸ ਤਰ੍ਹਾਂ ਇਹਨਾਂ ਨੇ ਇਹ ਬਣਾਇਆ ਹੋਇਆ ਜੀ, ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਦੇਖੋ, ਇੰਨੀ ਨਕਾਸ਼ੀ, ਇੰਨੀ ਮਿਹਨਤ ਹੈਂ, ਕੌਣ ਕਰਦਾ? ਆਹ ਪਾਇਓ ਜੀ ਕੈਮਰਾ ਸਾਹਮਣੇ, ਉਹ ਦੇਖੋ ਸਾਹਮਣੇ ਸਰਦਾਰ ਜੀ ਮੁਸਕਰਾ ਰਹੇ ਹੈ, ਪਿੰਡ ਦਿਖਾ ਰਹੇ ਜੀ ਤੁਹਾਡਾ, ਕਮਾਲ ਦੀ ਗੱਲ ਹੈ। ਨਾਂ ਕੀ ਹੈ ਜੀ ਤੁਹਾਡਾ ਜੀ? ਨਾਂ ਕੀ? ਰਾਮ ਸਿੰਘ। ਰਾਮ ਸਿੰਘ ਜੀ ਪਿੰਡ ਦਿਖਾ ਰਹੇ ਤੁਹਾਡਾ, ਹਾਂਜੀ, ਤੁਹਾਡੇ ਚਿਹਰੇ ਦੀ ਮੁਸਕਾਨ ਨੇ ਮੇਰਾ ਦਿਲ ਖੁਸ਼ ਕਰਤਾ। ਅੱਛਾ, ਆਹ ਪਾਇਓ ਜੀ ਕੈਮਰਾ, ਦੇਖੋ ਜੀ ਰਾਮ ਸਿੰਘ ਜੀ ਦੇ, ਦੂਰੋਂ ਦੇਖ ਰਹੇ ਸੀਗੇ, ਇਹ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਅਸੀਂ, ਖੁਸ਼ੀਆਂ ਦਿੰਦੇ ਹਾਂ, ਖੁਸ਼ੀਆਂ ਰਿਫਲੈਕਸ਼ਨ ਦੇ ਵਿੱਚ ਵਾਪਸ ਮਿਲਦੀਆਂ, ਕਮਾਲ। ਆਹ ਲਓ ਜੀ ਇੱਕ ਫੋਟੋ ਵੀ ਖਿੱਚ ਦਿਓ ਮੇਰੀ, ਬਾਅਦ ਚੋਂ ਇੱਥੇ ਸਕਰੀਨਸ਼ਾਟ ਲੈ ਲਾਂਗੇ ਰਾਮ ਸਿੰਘ ਜੀ ਦੇ ਨਾਲ, ਬਹੁਤ ਮਜ਼ਾ ਆਇਆ ਜੀ, ਨਜ਼ਾਰਾ ਆ ਗਿਆ ਤੁਹਾਨੂੰ ਮਿਲ ਕੇ, ਹੈਂ। ਹਾਂਜੀ ਇੱਧਰ ਚੱਲਦੇ ਹਾਂ ਜੀ, ਲਓ ਜੀ, ਵਾਹ ਜੀ ਵਾਹ, ਆਹ ਦੇਖੋ ਵੇਰਕਾ ਜਿਹੜਾ ਪਲਾਂਟ ਹੈ ਇੱਥੇ ਆਲੇ ਦੁਆਲੇ ਪੂਰੀ ਰੌਣਕ ਹੈ ਜੀ ਇਹ, ਹੈ ਜੀ ਦੁੱਧ ਕਲੈਕਸ਼ਨ ਸੈਂਟਰ ਹੈ, ਕਮਾਲ ਦੀ ਗੱਲ ਹੈ। ਆਹ ਵੀ ਪੁਰਾਣੀ ਬਿਲਡਿੰਗ ਲੱਗਦੀ ਬੜੀ, ਇਹ ਵੀ 47 ਦੇ ਵੇਲੇ ਦੀ ਲੱਗਦੀ ਬਿਲਡਿੰਗ। ਆਹ ਪਾਇਓ ਜੀ ਕੈਮਰਾ, ਆਲੇ ਭਾਰਤ ਵੈਸੇ ਇਹਨਾਂ ਨੇ ਇੱਟ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਲੱਗੀ ਹੋਈ ਹੈ, ਹਾਂਜੀ ਪਰ ਕਰਿਓ ਜਰਾ ਕਲੋਜ਼ ਥੋੜ੍ਹਾ ਜਿਹਾ, ਆਹ ਦੇਖੋ ਆਹ ਚੀਜ਼ ਦੇਖਣ ਵਾਲੀ ਆ, ਫੁੱਲ, ਹਾਂ ਫੁੱਲ ਕਮਲ ਦਾ ਬਣਾਇਆ ਹੋਇਆ, ਆਹ ਦੇਖੋ ਜੀ ਆਹ ਵੀ ਚੀਜ਼ ਦੇਖਣ ਵਾਲੀ ਆ, ਉੱਪਰ ਕੁੰਡੇ ਵੀ ਲੱਗੇ ਹੋਏ ਆ, ਆਹ ਨਗਰ ਖੇੜਾ ਜੀ, ਲਓ ਜੀ ਖੂਹ ਇੱਥੇ ਵੀ ਨਾਲ ਹੈਗਾ ਜੀ ਨਗਰ ਖੇੜਾ ਜੀ। ਅੱਛਾ ਹੁਣ ਨਗਰ ਖੇੜਾ ਦੀ ਕਿਸੇ ਨੂੰ ਗੱਲ ਪਤਾ ਜੀ? ਵੈਸੇ ਤਾਂ ਕਮੈਂਟ ਵੀ ਲੋਕ ਕਰਨਗੇ, ਨਗਰ ਖੇੜਾ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਹੁੰਦਾ, ਕਿਉਂ ਬਣਾਇਆ ਜਾਂਦਾ ਹੈ, ਕੀ ਹੈ ਕਾਰਨ, ਕੀ ਹੈ? ਇਹ ਜਦੋਂ ਪਿੰਡ ਜਦੋਂ ਬੈਠਦੇ ਆ ਜਿਵੇਂ ਆ ਕੇ, ਅਸੀਂ ਪਾਕਿਸਤਾਨ ਤੋਂ ਆਏ, ਸਾਡੇ ਪਿੰਡ ਵਿੱਚ ਨਗਰ ਖੇੜਾ ਨਹੀਂ ਸੀ, ਫਿਰ ਕੁਰਾਲੀ ਸਵਾਮੀ ਜੀ ਹੈ ਜੀ, ਤਾਂ ਉਹਨਾਂ ਨੇ ਨਗਰ ਖੇੜਾ ਬਣਾਇਆ ਵੀ ਪਿੰਡ ਦੀ ਸੁੱਖ ਮੰਗਣ ਵਾਸਤੇ। ਨਗਰ ਦੀ ਜਦੋਂ ਬੈਠਦੇ ਸੀ ਪਹਿਲਾਂ, ਉਹ ਖੇੜਾ ਇੱਕ ਜਗ੍ਹਾ ਬਣਾਇਆ ਜਾਂਦੀ ਜਿਵੇਂ ਨੀਂਹ ਪੱਥਰ ਹੁੰਦਾ ਜੀ, ਇਹ ਸਾਡਾ 20 ਜਾਂ 2010 ਵਿੱਚ ਬਣਿਆ,
ਅਸੀਂ ਤਾਂ ਆਏ ਹੋਏ 47 ਦੇ ਇੱਥੇ। ਅੱਛਾ 20 ਦਾ ਕਿਹੜਾ ਹੈ ਨਹੀਂ ਸੀ, ਕਿਹੜਾ ਹੈ ਨਹੀਂ ਸੀ, ਫਿਰ ਉਹ ਸਵਾਮੀ ਜੀ ਦੀ ਕਿਰਪਾ ਨਾਲ ਉਹਨਾਂ ਨੇ ਬਣਵਾਇਆ। ਸਵਾਮੀ ਜੀ ਨੇ ਸਾਰਾ ਕਰਾਣੀ ਬੰਦ ਕਰਕੇ ਰੱਖਿਆ ਹੋਇਆ। ਹਾਂਜੀ ਹਾਂਜੀ, ਉਹਨਾਂ ਨੇ ਇੱਥੇ ਹਵਨ ਵੀ ਕਰਵਾਇਆ, ਸਭ ਕੁਛ, ਇੱਥੇ ਲੰਗਰ ਵੀ ਕਰਵਾਇਆ, ਉਹਨਾਂ ਦੀ ਕਿਰਪਾ ਨਾਲ 2010 ਵਿੱਚ ਸਾਡੇ ਬਣਿਆ ਨਗਰ ਖੇਡ। ਲਓ ਜੀ ਵੇਖੋ, ਇੱਕ ਇੱਕ ਗੁੱਥੀ ਵਿਰਸੇ ਦੀ ਸੁਲਝ ਰਹੀ ਹੈ, ਕਿੱਦਾਂ ਹੁੰਦੇ, ਕਿਉਂ ਬਣਦੇ ਨਗਰ ਖੇਡਾ। ਤੁਸੀਂ ਵੀ ਜ਼ਰੂਰ ਕਰਿਓ ਕਮੈਂਟ, ਤੁਹਾਡੇ ਘਰ 'ਚ ਕੋਈ ਬਜ਼ੁਰਗ ਹੈ ਨਾ, ਉਹਨਾਂ ਨੂੰ ਵੀ ਵਲੌਗ ਜ਼ਰੂਰ ਦਿਖਾਇਓ, ਜਿਹੜੇ 80-85 ਤੋਂ ਵੱਧ ਹੈ ਉਹ ਵੀ ਵਿਸ਼ੇਸ਼ ਜਾਣਕਾਰੀ ਦੇਣਗੇ, ਅਤੇ ਉਹਨਾਂ ਦੇ ਉੱਤੇ ਕਰਿਓ ਕਮੈਂਟ। ਇਹ ਹੈ ਗੁਰਦੁਆਰਾ ਸਾਹਿਬ, ਬਹੁਤ ਵਧੀਆ ਜੀ ਇਮਾਰਤ, ਬਹੁਤ ਬਹੁਤ ਸ਼ਾਨਦਾਰ, ਬੜਾ ਬਹੁਤ ਸੁੱਖ ਮਿਲਿਆ ਇਸ ਅਸਥਾਨ ਨੂੰ ਦੇਖ ਕੇ ਜੀ। ਪਿੰਡ ਦੇ ਸੈਂਟਰ 'ਚ ਹੈਗਾ, ਪਿੰਡ ਦੇ ਸੈਂਟਰ 'ਚ ਹੈਗਾ ਜੀ ਗੁਰਦੁਆਰਾ ਸਾਹਿਬ। ਭਾਈ ਸਾਹਿਬ ਇੱਕ ਵਾਰੀ ਕੈਮਰਾ ਪਾਓ ਜੀ, ਪੂਰੀ ਇਮਾਰਤ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਓ ਜੀ। ਔਰ ਇਹ ਜਿਹੜੇ ਹੈ ਦੇਖੋ, ਦਰਸ਼ਨ ਕਰੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ। ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਔਰ ਜਿਹੜਾ ਹੈ ਮਸੀਤ, ਸਭ ਕੁਛ ਹੈਗਾ। ਆਹ ਲਿਆਇਆ ਜੀ ਚਰਖਾ, ਆਹ ਦੇਖੋ ਜੀ, ਆਹ ਲਿਆਂਦਾ ਚਰਖਾ। ਲਓ ਜੀ ਇੱਕ ਕੰਮ ਕਰਿਓ ਜੀ, ਹੁਣ ਚਰਖਾ ਪੇਂਟ ਕਰਾਣਾ ਹੋਵੇ, ਕਿੰਨੇ ਕਰਤੇ ਜੀ ਤੁਸੀਂ? ਮੈਂ ਤਾਂ 6-7 ਕਰਤੇ ਜੀ ਘਰਾਂ ਦੇ ਜੀ, ਉਰੇ 6-7 ਘਰਾਂ ਦੇ ਕਰਤੇ ਜੀ। ਇੱਕ ਚਰਖਾ ਮੇਰੇ ਕੋਲ ਵੀ ਹੈਗਾ, ਭੇਜਾਂਗੇ ਤੁਹਾਡੇ ਕੋਲ। ਠੀਕ ਹੈ ਸਰ, ਠੀਕ ਹੈ ਜੀ। ਲਓ ਜੀ ਆਹ ਹੈ ਵਿਰਾਸਤ 'ਤੇ ਕੰਮ ਕਰਦੇ ਜੀ। ਇੱਕ ਕੰਮ ਕਰਿਓ, ਕਮੈਂਟ ਕਰਿਓ ਚਰਖੇ ਦੇ ਨਾਲ 'ਤੇ ਗੀਤ ਬੋਲੀਆਂ ਜਿਹੜੀਆਂ ਵੀ ਹੈ ਤੁਹਾਨੂੰ ਯਾਦ, ਵੱਧ ਤੋਂ ਵੱਧ ਕਮੈਂਟ ਕਰਿਓ। ਦੇਖਦੇ ਤੁਸੀਂ ਕਿੰਨੇ ਕੁ ਗੀਤ ਸੁਣਾਉਂਦੇ ਹੋ, ਕਿੰਨੇ ਕੁ ਗੀਤ ਕਮੈਂਟਸ 'ਚ ਲਿਖਦੇ ਹੋ ਚਰਖੇ ਦੇ ਨਾਂ 'ਤੇ। ਪੰਜਾਬੀ ਸੱਭਿਆਚਾਰ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ, ਈਵਨ ਕਿ ਅੱਜ ਤੋਂ 10 ਸਾਲ ਪਹਿਲਾਂ ਤੱਕ ਵੀ ਚਰਖੇ ਦੇ ਨਾਂ 'ਤੇ ਗੀਤ ਗਾਣੇ ਬਣਦੇ ਸੀਗੇ, ਹੁਣ ਨਹੀਂ ਬਣਦੇ, ਬਦਲ ਗਿਆ ਸਮਾਂ। ਹੁਣ ਤਾਂ ਕਹਿੰਦੇ ਕਿ ਊਲ ਜਲੂਲ ਕਾਫੀ ਕੁਛ ਹੈ, ਪਰ ਆਹ ਚੀਜ਼ਾਂ ਜਿਹੜੀਆਂ ਘੱਟ ਗਈਆਂ, ਹੋਣੀਆਂ ਚਾਹੀਦੀਆਂ ਆਪਣੇ ਵਿਰਸੇ 'ਤੇ ਵਿਰਾਸਤ। ਦੇਖੋ ਚਰਖਾ ਬੇਸ਼ੱਕ ਨਹੀਂ ਰਿਹਾ ਹੁਣ ਵਰਤੋਂ ਦੇ ਵਿੱਚ, ਲੇਕਿਨ ਸਾਡਾ ਵਿਰਸਾ, ਸਾਡਾ ਅਤੀਤ ਹੈ, ਇਸ ਦੇ ਨਾਲ ਬੜੇ ਗੀਤ, ਬੜੀਆਂ ਕਹਾਣੀਆਂ, ਬੜੀਆਂ ਗੱਲਾਂ ਜੁੜੀਆਂ ਹੋਈਆਂ ਨੇ। ਕਮੈਂਟ ਕਰਿਓ, ਮੈਂ ਗਿਆਨ ਵੰਡਣ ਨਹੀਂ ਆਇਆ, ਗਿਆਨ ਬਟੋਰਨ ਆਇਆ। ਮੈਂ ਚਾਹੁੰਦਾ ਕਿ ਸਾਨੂੰ ਜ਼ਰੂਰ ਸਾਡੀ ਨੌਲੇਜ ਦੇ ਵਿੱਚ ਤੁਸੀਂ ਵਾਧਾ ਕਰੋ। ਆਸ ਕਰਦੇ ਹਾਂ ਕਿ ਤੁਸੀਂ ਚਰਖੇ ਦੇ ਉੱਤੇ ਬਹੁਤ ਕੁਛ ਲਿਖੋਗੇ। ਚੱਲਦੇ ਹਾਂ ਅੱਗੇ ਜੀ। ਬਹੁਤ ਚੰਗਾ ਲੱਗਿਆ ਜੀ, ਤੁਸੀਂ ਵਿਸ਼ੇਸ਼ ਤੌਰ 'ਤੇ ਲੈ ਕੇ ਆਏ ਚਰਖਾ, ਪਿੱਛੋਂ ਦੇਖ ਰਿਹਾ। ਹਾਂਜੀ ਸਰ, ਤੁਸੀਂ ਸਮਝ ਗਏ ਵੀ ਕੰਮ ਅਸੀਂ ਕਿਆ ਕਰ ਰਹੇ ਹਾਂ। ਮੈਂ ਤਾਂ ਸਰ ਤੁਹਾਡੀਆਂ ਵੀਡੀਓ ਬਹੁਤ ਦੇਖੀਆਂ ਜੀ ਫੇਸਬੁੱਕ 'ਤੇ, ਬੜੀਆਂ ਝੱਲੀਆਂ ਨਹੀਂ ਪਾਈਆਂ, ਹੋਰ ਬਹੁਤ ਪਿੰਡਾਂ ਨਹੀਂ ਪਾਏ ਤੁਸੀਂ? ਉੱਥੇ ਮੇਰੇ ਨਾਨਕੇ ਜੀ ਬੜੀ ਝੱਲੀਆਂ। ਲਓ ਜੀ, ਹਾਂਜੀ, ਕਮੈਂਟ ਵੀ ਕਿੱਟ ਕੀਤੇ ਜੀ, ਮੈਂ ਉਹਨੂੰ ਸਬਸਕ੍ਰਾਈਬਰ ਮਿਲ ਗਏ ਜੀ, ਸ਼ੇਅਰ ਕਰ ਦਿਓ ਇਹਨੂੰ ਜੀ। ਠੀਕ ਹੈ ਸਰ, ਠੀਕ ਹੈ, ਥੈਂਕ ਯੂ। ਇਸ ਪਿੰਡ ਦਾ ਇੱਕ ਸ਼ਾਹੂਕਾਰ ਹੁੰਦਾ ਸੀ ਜੀ, ਗੋਕਲ 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 ਤਾਂ ਉਹ ਗੋਕਲ ਮਤਲਬ ਕਿਆ ਇਹਦਾ ਵਪਾਰ ਕਰਦਾ ਸੀ, ਰੂੰ ਦਾ, ਰੂੰ ਦਾ ਵਪਾਰੀ ਸੀ। ਆਲੇ ਦੁਆਲੇ ਤੋਂ ਰੂੰ ਇਕੱਠੀ ਕਰਕੇ ਦਿੱਲੀ ਨੂੰ ਗੱਡਿਆਂ ਤੇ ਭੇਜਦਾ ਹੁੰਦਾ ਸੀ। ਅੱਛਾ ਜੀ। ਉਹਨੇ ਜਿਹੜੀ ਕਰਾਲੀ ਮਰਿੰਡਾ ਰੋਡ ਹੈ ਉਹਦੇ ਸੈਂਟਰ 'ਚ ਪਿੰਡ ਚਤਾਮਲੇ ਦੇ ਸੜਕ 'ਤੇ ਇੱਕ ਖੂਹੀ ਲਾਈ ਜੀ, ਤੇ ਆਉਣ ਜਾਣ ਵਾਲੇ ਜਿਹੜੇ ਵਪਾਰੀ ਸੀ ਉਹਨਾਂ ਵਾਸਤੇ ਅਕੋਮੋਡੇਸ਼ਨ ਬਣਾਇਆ ਰਹਿਣ ਵਾਸਤੇ ਉਸ ਸਮੇਂ। ਅੱਜ ਤੋਂ 100 ਸਾਲ ਤੋਂ ਪਹਿਲਾਂ, ਹਾਂ, ਬੜੀ ਪੁਰਾਣੀ ਹੈ ਉਹ, ਅਜੇ ਵੀ ਹੈਗੀ ਹੈ। ਤਾਂ ਉਹ ਜਿਹੜੀ ਜ਼ਮੀਨ ਹੈ ਉੱਥੇ 1-1.5 ਵਿਘਾ ਉਹ ਆਉਣ ਵਾਲੇ ਯਾਤਰੂਆਂ ਦੇ ਨਾਂ ਕੀਤੀ ਹੋਈ ਹੈ। ਉੱਥੇ ਉਹਨੇ ਬਕਾਇਦਾ ਬੋਰਡ ਲਾਇਆ ਹੋਇਆ ਵੀ ਇਹ ਲੈਂਡ ਹੈ ਜਿਹੜੀ ਲੋਕਾਂ ਦੇ ਨਾਂ ਹੈ ਜਿਹੜੇ ਇੱਥੇ ਰਹਿਣਗੇ।
ਤਾਂ ਇਹ ਇਸ ਪਿੰਡ ਦਾ ਮਤਲਬ ਕਿ ਬਹੁਤ ਵੱਡਾ ਇਤਿਹਾਸ ਹੈ। ਵੱਡੇ ਵੱਡੇ ਸ਼ਾਹੂਕਾਰ ਰਹਿੰਦੇ ਸੀ ਇੱਥੇ, ਜਿਹੜੇ ਮਤਲਬ ਕਿ ਇੰਟਰਨੈਸ਼ਨਲ ਲੈਵਲ 'ਤੇ ਉਦੋਂ ਵਪਾਰ ਕਰਦੇ ਸੀ। ਅਤੇ ਸ਼ਾਹੂਕਾਰ ਅਕਸਰ ਸੁਣਦੇ ਆ ਵੀ ਜਿਹੜਾ ਪੈਸੇ ਦਾ ਕੰਮ ਕਰਦੇ ਆ, ਬਿਲਕੁਲ, ਪਰ ਉਹ ਸਮਾਜਿਕ ਕੰਮ ਕਰਦੇ ਸੀ ਉਸ ਸਮੇਂ ਦੇ। ਹਾਂਜੀ, ਉਸ ਟਾਈਮ ਲਓ ਜੀ ਗੋਕਲ ਜੀ ਨੂੰ ਸਲਾਮ ਬਣਦਾ ਜੀ, ਬਿਲਕੁਲ ਗੋਕਲ ਜੀ ਨੂੰ ਸਲਾਮ ਬਣਦਾ, ਜਿਹੜੇ ਤੁਸੀਂ ਸੁਣਾ ਰਹੇ ਤੁਹਾਨੂੰ ਵੀ ਸਲਾਮ ਬਣਦਾ ਜੀ। ਬਿਲਕੁਲ, ਤਾਂ ਇਹ ਪਿੰਡ ਦਾ ਜਿਹੜਾ ਪਿਛੋਕੜ ਹੈ ਉਹ ਬਹੁਤ ਹੀ ਮਤਲਬ ਕਿ ਸਾਡੇ, ਅਸੀਂ ਬਜ਼ੁਰਗਾਂ ਤੋਂ ਗੱਲਾਂ ਸਾਰੀਆਂ ਸੁਣੀਆਂ, ਅਸੀਂ ਛੋਟੇ ਹੁੰਦੇ ਸੀ, ਅਸੀਂ ਤਾਂ 67 ਦੇ ਬੋਰਨ ਜੀ, ਤਾਂ ਉਹ ਤੋਂ ਬਾਅਦ ਬਈ ਇਸ ਪਿੰਡ ਦੀਆਂ ਮਤਲਬ ਕਿ ਇੰਨੀਆਂ ਇੰਨੀਆਂ ਵੱਡੀਆਂ ਕਹਾਣੀਆਂ ਕਿ ਕੈਮਰੇ 'ਚ ਬੰਦ ਹੋਣੀਆਂ ਮੁਸ਼ਕਲ, ਇੰਨੀ ਲੰਬੀ ਦੱਸੀ ਅਸੀਂ ਦਾਸਤਾਨਾਂ। ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਬਹੁਤ ਸੰਘਰਸ਼ ਕੀਤਾ। ਲਓ ਜੀ ਚੱਲਦੇ ਚੱਲਦੇ ਆਪਾਂ ਗੱਲਾਂ ਵੀ ਕਰਦੇ ਹਾਂ ਜੀ। ਦੇਖੋ ਜੀ ਗੋਕਲ ਜੀ ਦੀ ਗੱਲ ਕੀਤੀ ਹੈ, ਸ਼ਾਹੂਕਾਰ ਦੀ, ਆਹ ਕੁਛ ਕਰਦੇ ਸੀ, ਦੇਖੋ ਵਿਰਸੇ ਅਤੇ ਵਿਰਾਸਤ ਦੇ ਉੱਤੇ ਕੰਮ ਕਰਦੇ ਸੀ, ਔਰ ਗੋਕਲ ਜੀ ਨੂੰ ਅੱਜ ਯਾਦ ਕੀਤਾ ਕਿ ਉਹਨਾਂ ਨੇ ਐਡੀ ਵੱਡਾ ਕੰਮ ਕੀਤਾ, ਇੱਕ ਧਰਮਸ਼ਾਲਾ ਬਣਾਈ ਅਤੇ ਖੂਹ ਬਣਵਾਏ, ਆਹ ਬੜੀ ਵਧੀਆ ਗੱਲ ਕੀਤੀ ਜੀ। ਅੱਛਾ ਹੋਰ ਕੀ ਕਹਿੰਦੇ ਜੀ, ਤੁਸੀਂ ਕੀ ਗੱਲ ਕਰ ਰਹੇ ਸੀ ਜੀ, ਆਪਾਂ ਕੁਛ ਕਹਿਣਾ ਚਾਹ ਰਹੇ ਸੀ ਜੀ। ਇੱਥੇ ਦੇ ਲੋਕ ਸੂਦ ਕਮਿਊਨਿਟੀ ਵੀ ਇੱਥੇ ਰਹਿੰਦੀ ਸੀ। ਅੱਛਾ ਸੂਦ ਕਮਿਊਨਿਟੀ ਵੀ ਰਹਿੰਦੀ ਜੀ, ਆਹ ਪਾਓ ਜੀ ਕੈਮਰਾ ਪਾਈਏ ਜੀ ਪਹਿਲਾਂ ਜੀ। ਹਾਂਜੀ ਹੁਣ ਦੱਸੋ ਜੀ ਕੀ ਕਹਿ ਰਹੇ ਜੀ। ਉਹ ਇਸ ਟਾਈਮ ਜਿਵੇਂ ਦਿੱਲੀ ਜਲੰਧਰ ਉੱਥੇ ਰਹਿ ਰਹੇ, ਉਹਨਾਂ ਦੇ ਵੀ ਮਤਲਬ ਕਿ ਬੜੇ ਵਪਾਰੀ ਹੈ ਉਹ, ਵੱਡੇ ਵੱਡੇ ਇਸ ਪਿੰਡ ਤੋਂ ਉੱਠ ਕੇ ਲੋਕ ਬਹੁਤ ਵੱਡੇ ਵੱਡੇ ਵਪਾਰੀ ਬਣੇ ਸੂਦ ਕਮਿਊਨਿਟੀ। ਸੂਦ ਕਮਿਊਨਿਟੀ ਲਿਖੋ ਜੀ, ਜਿਹੜੇ ਦਿੱਲੀ 'ਚ ਬੈਠੇ ਹੈ ਖਾਸ। ਹਾਂਜੀ ਹਾਂਜੀ, ਜਿਹੜੇ ਸੂਦ ਕਮਿਊਨਿਟੀ ਦੇ ਲੋਕ ਜਿਹੜੇ ਇਸ ਪਿੰਡ ਦੇ ਵਿੱਚ ਇਹਨਾਂ ਦਾ ਕਨੈਕਸ਼ਨ ਸੀਗਾ ਅਤੇ ਅੱਜ ਉਹ ਵਿਦੇਸ਼ਾਂ ਦੇ ਵਿੱਚ ਹੈ, ਜ਼ਰੂਰ ਕਰਿਓ ਕਮੈਂਟ, ਤੁਹਾਡਾ ਪਿੰਡ ਦਿਖਾ ਰਹੇ ਹਾਂ, ਕਿਸੇ ਨਾ ਕਿਸੇ ਤਰੀਕੇ ਦੀ ਇਹ ਵਲੌਗ ਉਹਨਾਂ ਤੱਕ ਪਹੁੰਚਾ ਦਿਓ ਜੀ, ਦਿੱਲੀ ਵਾਲਿਆਂ ਤੱਕ ਜੀ, ਉਹਨਾਂ ਨੇ ਦੇਖ ਲੈਣਾ ਜੀ, ਪਹੁੰਚ ਜਾਣਾ ਜੀ। ਬਿਲਕੁਲ, ਵਟਸਐਪ ਗਰੁੱਪ ਬਣੇ ਹੋਏ। ਹਾਂਜੀ ਹਾਂਜੀ, ਲਓ ਜੀ ਆਹ ਬਣ ਗਈ ਗੱਲ, ਸਾਡੇ ਸਬਸਕ੍ਰਾਈਬਰਸ ਵੀ ਹੈ ਇਸ ਏਰੀਏ ਦੇ ਵਿੱਚ, ਦੇਖੋ ਬੱਚੇ ਸਾਡੇ ਨਾਲ ਚੱਲ ਰਹੇ, ਪਿੰਡ ਦੇ ਸਾਰੇ ਲੋਕ ਸਾਡੇ ਨਾਲ ਚੱਲ ਰਹੇ ਹੈ, ਅਤੇ ਸਰਦਾਰ ਇਕਬਾਲ ਸਿੰਘ ਜੀ ਨੇ ਗੱਲਾਂ ਬਹੁਤ ਵਧੀਆ ਦੱਸੀਆਂ, ਬੜੀ ਵਧੀਆ ਜਾਣਕਾਰੀ ਦਿੱਤੀ। ਸਰਪੰਚ ਸਾਹਿਬ ਮਜ਼ਾ ਆ ਗਿਆ ਜੀ ਤੁਹਾਡਾ ਪਿੰਡ ਦੇਖ ਕੇ ਜੀ। ਹਾਂਜੀ, ਇਹ ਨੀਂਹ ਪੱਥਰ ਹੈ ਜੀ ਮਾਡਲ ਟਾਊਨ ਦਾ ਜੀ, ਇਹ ਤਕਰੀਬਨ 1972-73 ਦੇ ਵਿੱਚ, 71 ਵਿੱਚ, 1971 ਦੇ ਵਿੱਚ ਇਹ ਨੀਂਹ ਪੱਥਰ ਰੱਖਿਆ ਮਹਾਂਪੁਰਸ਼ਾਂ ਨੇ ਇੱਥੇ ਨਥਲਪੁਰ ਪਿੰਡ ਹੈ ਨਾਲ ਜੀ, ਉਹ ਮਹਾਂਪੁਰਸ਼ ਬ੍ਰਹਮ ਗਿਆਨੀ ਸੀ ਜੀ, ਉਹਨਾਂ ਨੇ ਇਹ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ, ਤੇ ਉਹ ਚੱਲਦੇ ਫਿਰਦੇ ਰੱਬ ਸੀ ਜੀ। 72 ਦੇ ਵਿੱਚ, 71-72 ਚ ਅਸੀਂ ਛੋਟੇ ਹੁੰਦੇ ਸੀ, ਉਦੋਂ ਇਸੇ ਮਾਡਲ ਟਾਊਨ ਬਣਿਆ, ਸਾਰੀਆਂ ਸੜਕਾਂ ਪੱਕੀਆਂ ਹੋਈਆਂ ਜੀ, ਮਤਲਬ ਬਹੁਤ ਪੁਰਾਣੀ ਗੱਲ ਹੈ ਇਹ, ਕਈ ਪਿੰਡਾਂ 'ਚ ਅੱਜ ਤੱਕ ਵੀ ਅਜੇ ਵਿਕਾਸ ਨਹੀਂ ਹੋਇਆ ਜੀ, ਤੇ ਇਹ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਸਾਰਾ ਪਿੰਡ ਦੀ ਤਰੱਕੀ ਹੋਈ, ਤਰੱਕੀ ਹੋ ਰਹੀ ਹੈ। ਸੰਤ ਅਜੀਤ ਸਿੰਘ ਜੀ, ਹਾਂਜੀ, ਮਾਡਲ ਟਾਊਨ ਦੀ ਉਦੋਂ ਸਕੀਮ ਹੁੰਦੀ ਸੀ ਜੀ, ਮਾਡਲ ਟਾਊਨ ਜਿਹੜੇ ਸਾਰਾ ਪਿੰਡ ਪੱਕਾ ਹੋਣਾ ਜਿਵੇਂ, ਉਹਨੂੰ ਮਾਡਲ ਟਾਊਨ ਦੀ, ਤੇ ਉਹਨਾਂ ਨੇ ਨੀਂਹ ਪੱਥਰ ਰੱਖਿਆ, ਉਹਨਾਂ ਨੇ ਨੀਂਹ ਪੱਥਰ ਰੱਖਿਆ। ਹਾਂਜੀ, ਇਹ ਬੈਠਣ ਨੂੰ ਬਣਾਇਆ ਹੋਇਆ ਜੀ ਮੁੰਡਿਆਂ ਨੇ, ਕਮਾਲ ਕੀਤਾ। ਹਾਂਜੀ ਹਾਂਜੀ, ਬਹੁਤ ਵਧੀਆ ਦਫ਼ਤਰ ਹੈ ਜੀ। ਇਹ ਪਿੰਡ ਦੇ ਵਿੱਚ ਗੁੱਗਾ ਮਾੜੀ ਦਾ ਸਥਾਨ ਹੈਗਾ ਜੀ, ਔਰ ਬਿਲਕੁਲ ਬੜਾ ਸ਼ਾਮ ਨੂੰ ਇੱਥੇ ਜਿਹੜੇ ਲੋਕ ਨਤਮਸਤਕ ਹੋਣ ਆਉਂਦੇ ਨੇ ਜੀ, ਇਹ ਗੁੱਗਾ ਮਾੜੀ ਦਾ ਸਥਾਨ। ਮੈਂ ਪਿੰਡ ਦੇ ਹਰੇਕ ਧਾਰਮਿਕ ਸਥਾਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਔਰ ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਹੈ ਪੂਰਾ ਟੋਭਾ ਬਣਿਆ ਹੋਇਆ ਜੀ, ਇਹ ਬਿਲਕੁਲ ਟੋਭੇ ਦੇ ਕੰਢੇ 'ਤੇ ਹੈਗਾ ਜੀ ਇਹ ਪਾਵਨ ਅਸਥਾਨ ਗੁੱਗਾ ਮਾੜੀ ਦਾ ਜੀ। ਇਹ ਪਿੰਡ ਦਾ ਅਸਥਾਨ ਹੈਗਾ ਜੀ ਬੜਾ ਵਧੀਆ, ਤੁਸੀਂ ਦੇਖ ਸਕਦੇ ਹੋ ਬੈਂਚ ਲੱਗੇ ਹੋਏ ਸਾਰੇ ਪਾਸੇ, ਔਰ ਬੱਚੇ ਬੈਠੇ ਇੱਥੇ ਨਾਲ, ਬਜ਼ੁਰਗ ਬੈਠੇ ਹੈ, ਅਤੇ ਪਿੰਡ ਦੇ ਲੋਕ ਇੱਥੇ ਆ ਕੇ ਬੈਠਦੇ ਨੇ, ਬੱਲਬ ਲੱਗਿਆ, ਪੱਖੇ ਲੱਗੇ ਹੋਏ ਹੈ, ਔਰ ਪੂਰਾ ਇੰਤਜ਼ਾਮ ਕੀਤਾ ਹੋਇਆ ਬੁੱਢਾ ਦਲ ਵਾਲਿਆਂ ਨੇ, ਇਹ ਬਣਾਇਆ ਇਸ ਅਸਥਾਨ ਨੂੰ ਜੀ। ਦੇਖੋ ਖਾਸ ਅਸਥਾਨ, ਬੈਠਣ ਦਾ ਇੰਤਜ਼ਾਮ,
ਬਹੁਤ ਅੱਛਾ ਕੀਤਾ। ਕਿੱਦਾਂ ਦਾ ਲੱਗਿਆ ਪਿੰਡ ਬਮਨਾੜੇ ਦਾ ਤੁਹਾਨੂੰ ਇਹ ਵਲੌਗ, ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ? ਅਤੇ ਇੱਕ ਬੇਨਤੀ ਅਸੀਂ ਅਕਸਰ ਕਰਦੇ ਹੁੰਦੇ ਹਾਂ ਕਿ ਜੇਕਰ ਤੁਹਾਨੂੰ ਸਾਡਾ ਚੈਨਲ ਚੰਗਾ ਲੱਗ ਰਿਹਾ, ਜਿਸ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ, ਤਾਂ ਤੁਸੀਂ ਇਸ ਵਲੌਗ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਹੋਰ ਚੰਗਾ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜੇ ਬਹੁਤ ਚੰਗਾ ਲੱਗਦਾ ਸਾਨੂੰ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਵੀ ਕਰ ਸਕਦੇ ਹੋ, ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਸਟਾਰਸ ਵੀ ਭੇਜ ਸਕਦੇ ਹੋ। ਪਿਆਰ ਇਸ ਤਰ੍ਹਾਂ ਹੀ ਬਣਾ ਕੇ ਰੱਖਿਓ, ਸਾਨੂੰ ਸਹਿਯੋਗ ਦਿੰਦੇ ਰਹੋ। ਸ਼ੁਕਰੀਆ, ਮਿਹਰਬਾਨੀ, ਧੰਨਵਾਦ।